ਬਿਖਤੀ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣੋਂ ਮਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋਂ ਸ੍ਰੀ ਖੰਡੋ ਸਤਿਗੁਰ ਕੀਓ ਦੁਖ ਦਰਦ ਤਿੰਕੇ ਗਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੀਤ ਸੁਰ ਨਾ ਰੂਪਹੀ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬਿਲਾਵਲ ਮਹਲਾ 5 ਵਾ ਐਸੀ ਕਿਰਪਾ ਮੋਹਿ ਕਰੋ ਸੰਤਾਂ ਚਰਨੋਂ ਹਮਾਰੋ ਮਾਥਾ ਨੈਣ ਦਰਸ਼ ਤਨ ਧੂਰ ਪਰੋ ਐਸੀ ਕਿਰਪਾ ਮੋਹਿ ਕਰੋ ਸੰਤਾਂ ਚਰਨੋਂ ਹਮਾਰੋ ਮਾਥਾ ਨੈਣ ਦਰਸ਼ ਤਨ ਧੂਰ ਪਰੋ ਰਹਾ ਗੁਰ ਕੋ ਸ਼ਬਦ ਮੇਰੇ ਹੀ ਰਹਿ ਬਸੈ ਹਰ ਨਾਮ ਮਨ ਸੰਗ ਧਰੂ ਤਸਕਰ ਪੰਜ ਨਿਵਾਰੋ ਠਾਕੁਰ ਸਗਲੋ ਪਰਮਾ ਹੋਮ ਜਰੂ ਜੋ ਤum ਕਰੋ ਸੋਈ ਭਲ ਮਾਨੈ ਭਮਨ ਦੁਬਦਾ ਦੂਰ ਟਰੋ ਨਾਨਕ ਕੇ ਪ੍ਰਭ ਤੁਮਹੀ ਦਾਤੇ ਸੰਤ ਸੰਗ ਲੀ ਮੋਹਿ ਉਧਰੋ ਜੋ ਤum ਕਰੋ ਸੋਈ ਭਲ ਮਾਨੈ ਭਾਵੇਂ ਦੁਬਦਾ ਦੂਰ ਟਰੂ ਨਾਨਕ ਕੇ ਪ੍ਰਭ ਤੁਮਹੀ ਦਾਤੇ ਸੰਤ ਸੰਗ ਲੇ ਮੋਹਿ ਉਧਰੋ ਪਰਮ ਸਨਮਾਨ ਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਰਾ ਦਿਨ ਆਪਣੇ ਕੰਮਕਾਰ ਕਰਨ ਤੋਂ ਬਾਅਦ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਆਪ ਜੀ ਨੇ ਅਤੀ ਸਤਿਕਾਰਯੋਗ ਭਾਈ ਸਾਹਿਬ ਹੁਣਾ ਪਾਸੋਂ ਸੋਧਰ ਰਹਿਰਾਸ ਪਵਨ ਬਾਣੀ ਦਾ ਪਾਠ ਸਰਵਣ ਕੀਤਾ ਉਸ ਤੋਂ ਅਪਰੰਤ ਸਤਿਕਾਰਯੋਗ ਭਾਈ ਸਾਹਿਬ ਹੁਣਾ ਦੇ ਜਥੇ ਨੇ ਸਾਨੂੰ ਸਾਰਿਆਂ ਨੂੰ ਅਕਾਲਪੁਰਖ ਵਾਹਿਗੁਰੂ ਦੀ ਮਹਿਮਾ ਉਸਤਤ ਵਿੱਚ ਉਚਾਰਨ ਕੀਤੀ ਹੋਈ ਪਾਵਨ ਬਾਣੀ ਦਾ ਕੀਰਤਨ ਬਹੁਤ ਹੀ ਪਿਆਰ ਨਾਲ ਆਪਾਂ ਸਾਰਿਆਂ ਨੇ ਸਰਵਣ ਕੀਤਾ ਹੈ ਸ਼ਹੀਦਾਂ ਦੇ ਸਿਰਤਾਜ ਗੁਰੂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਬਿਲਾਵਲ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਜਿਸ ਦਾ ਸਾਰਿਆਂ ਨੇ ਆਪਾਂ ਪਾਠ ਸਰਵਣ ਕੀਤਾ ਹੈ ਇਹ ਪਾਵਨ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 828 ਦੇ ਉੱਪਰ ਸੁਭਾਈ ਮਨ ਹੈ। ਗੁਰਦੇਵ ਜੀ ਦੇ ਇਹਨਾਂ ਅਮੋਲਕ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜਿਤਨੇ ਵੀ ਆਪ ਮਾਈ ਭਾਈ ਚਾਹੇ ਗੁਰੂ ਦਰਬਾਰ ਵਿੱਚ ਬੈਠ ਕੇ ਸਰਵਣ ਕਰ ਰਹੇ ਹੋ ਚਾਹੇ ਲਾਈਵ ਦੇਸ਼ ਵਿਦੇਸ਼ ਵਿੱਚ ਆਪਣੇ ਘਰਾਂ ਵਿੱਚ ਬੈਠੇ ਆ ਇਸ ਸਮਾਗਮ ਦਾ ਆਨੰਦ ਪ੍ਰਾਪਤ ਕਰ ਰਹੇ ਹੋ ਕਰੋ ਫਤਿਹ ਪ੍ਰਵਾਨ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਵਿੱਚ ਅਸੀਂ ਜੀਵ ਜਦੋਂ ਜੀਵਨ ਜਿਉਂਦੇ ਆ ਜਦੋਂ ਕੋਈ ਵੀ ਕੰਮ ਹੁੰਦਾ ਹੈ ਤੇ ਅਸੀਂ ਇੱਕ ਸ਼ਬਦ ਬੋਲਦੇ ਹਾਂ ਮਾਲਕ ਦੀ ਬੜੀ ਕਿਰਪਾ ਹੈ ਜਾਂ ਮਾਲਕ ਜੀ ਸਾਡੇ ਤੇ ਕਿਰਪਾ ਕਰਨ ਤੇ ਅਸੀਂ ਇੰਜ ਕਰ ਸਕਦੇ ਹਾਂ ਸਤਗੁਰੂ ਜੀ ਨੇ ਇਸ ਪਵਨ ਸ਼ਬਦ ਵਿੱਚ ਉਸ ਵੈਗੁਰੂ ਅਕਾਲ ਪੁਰਖ ਮਹਾਰਾਜ ਜੀ ਨੂੰ ਕਿਹਾ ਹੈ ਤਰਲਾ ਲਿਆ ਹੈ ਉਹਨਾਂ ਅੱਗੇ ਵੈਗੁਰੂ ਜੀ ਸਾਡੇ ਤੇ ਕਿਰਪਾ ਕਰੋ ਸਾਡੇ ਤੇ ਮਿਹਰ ਕਰੋ ਸਾਡੇ ਤੇ ਰਹਿਮਤ ਕਰੋ ਪਰ ਕਰੋ ਕਾਦੀ ਇਹ ਮਹਾਰਾਜ ਜੀ ਨੇ ਇਸ ਪਵਨ ਸ਼ਬਦ ਵਿੱਚ ਸਮਝਾਇਆ ਹੈ ਸਾਡੇ ਦੁਨਿਆਵੀ ਜੀਵਾਂ ਵਿੱਚ ਤੇ ਗੁਰੂ ਵਿੱਚ ਇਹੀ ਇੱਕ ਕਿਰਪਾ ਮੰਗਣ ਦਾ ਅੰਤਰ ਹੈ ਅਸੀਂ ਕਈ ਵਾਰੀ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਹੀ ਪ੍ਰਾਪਤੀਆਂ ਨੂੰ ਵੀ ਅਸੀਂ ਰੱਬ ਦੀ ਕਿਰਪਾ ਕਹਿ ਕੇ ਤੇ ਆਪਣੇ ਜੀਵਨ ਦੇ ਵਿੱਚ ਖੜ ਜਾਂਦੇ ਆ ਪਰ ਕਿਰਪਾ ਦਾ ਦੈਰਾ ਬਹੁਤ ਵੱਡਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਬੱਚਿਆਂ ਦਾ ਪੜ੍ਹ ਲਿਖ ਜਾਣਾ ਅਸੀਂ ਘਰ ਬਣਾ ਲੈਣਾ ਦੁਨੀਆਂ ਵਿੱਚ ਤਰੱਕੀ ਕਰ ਲੈਣੀ ਇਹ ਅਸੀਂ ਸ਼ਬਦ ਬੋਲਦੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਮਨੋਖ ਰੈਂਟ ਤੇ ਰਹਿੰਦਾ ਹੈ ਕਹਿੰਦਾ ਮਹਾਰਾਜ ਮੇਰੇ ਤੇ ਕਿਰਪਾ ਕਰੋ ਕਦੀ ਆਪਣਾ ਘਰ ਬਣੇ ਬਣ ਜਾਏਗਾ ਮਿਹਨਤ ਕਰਦੇ ਅੱਜ ਨਹੀਂ ਤੇ ਕੱਲ ਬਣ ਜਾਏਗਾ ਕਾਰ ਨਹੀਂ ਹੈਗੀ ਗੱਡੀ ਨਹੀਂ ਹੈਗੀ ਮਹਾਰਾਜ ਮੇਰੇ ਤੇ ਮਿਹਰ ਕਰੋ ਮੈਂ ਕਿਤੇ ਆਪਣੀ ਕਾਰ ਲੈਣ ਜੋਗਾ ਹੋਵਾਂ ਉਹ ਵੀ ਲੈ ਲਵਾਂਗਾ ਮਿਹਨਤ ਕਰਾਂਗਾ ਤੇ ਸਭ ਕੁਝ ਮਿਲੇਗਾ ਪਰ ਕਈ ਵਾਰੀ ਸ਼ਾਰਟਕਟ ਮਨੋਖ ਰਸਤੇ ਵੀ ਲੱਭਦਾ ਹੈ ਪਤਾ ਹੀ ਇਸ ਜਿਹੜਾ ਮੈਂ ਇਸ਼ਾਰਾ ਕਰ ਰਿਹਾ ਤੁਸੀਂ ਸਮਝਦੇ ਹੀ ਹੋ ਉਹ ਵੀ ਮਨੁੱਖ ਕਈ ਵਾਰੀ ਘਰ ਬਣਾ ਲੈਂਦੇ ਨੇ ਜੇ ਘਰ ਦੇ ਜੀ ਚਾਰ ਨੇ ਤੇ ਗੱਡੀਆਂ ਪੰਜ ਖਲੋਤੀਆਂ ਨੇ ਇੱਕ ਵਾਧੂ ਹੈ ਸ਼ਬਦ ਉਹ ਵੀ ਇਹੋ ਹੀ ਬੋਲਦੇ ਨੇ ਰੱਬ ਦੀ ਬੜੀ ਬੋਲੋ ਜੀ ਕਿਰਪਾ ਉਹ ਇਹਾਂ ਦੇ ਕਿਰਪਾ ਵੀ ਅੱਜ ਤੱਕ ਫੜਿਆ ਨਹੀਂ ਗਿਆ ਇੰਨੀ ਦੇਰ ਦਾ ਕੰਮ ਕਰਦਾ ਸ਼ਬਦ ਉਹ ਵੀ ਇਹੋ ਬੋਲਦੇ ਨੇ ਬੀ ਮਾਲਕ ਦੀ ਬੜੀ ਰਹਿਮਤ ਹੈ ਵੀ ਅਜੇ ਤੱਕ ਮੈਂ ਫੜਿਆ ਨਹੀਂ ਗਿਆ ਮੈਂ ਲਾਕੇ ਦੀ ਪੁਲਿਸ ਨੂੰ ਵੱਧਾ ਹੋਇਆ ਸ਼ਾਰਟਕਟ ਦੁਨੀਆ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੀ ਪ੍ਰਾਪਤ ਅਸੀਂ ਇੱਥੇ ਲਿਆ ਕੇ ਆਪਣੇ ਜੀਵਨ ਨੂੰ ਖੜਾ ਕਰ ਦਿੱਤਾ ਧਿਆਨ ਨੂੰ ਸ਼ਬਦ ਨਾਲ ਸਮਝਿਓ ਗੁਰੂ ਸਾਹਿਬ ਜੀ ਕਹਿੰਦੇ ਕਿ ਬਖਸ਼ਿਸ਼ ਕੀ ਕਰਦੇ ਨੇ ਕਈ ਵਾਰੀ ਜ਼ਿੰਦਗੀ 'ਚ ਮਨੁੱਖ ਗਲਤ ਰਸਤੇ ਅਪਣਾ ਕੇ ਨਾ ਪੈਸੇ ਤੇ ਚਾਰ ਇਕੱਠੇ ਕਰ ਲੈਂਦਾ ਪਰ ਸਕੂਨ ਨਹੀਂ ਹੁੰਦਾ ਉਹਦੀ ਜ਼ਿੰਦਗੀ ਵਿੱਚ ਉਹ ਚੈਨ ਦੀ ਨੀਂਦ ਨਹੀਂ ਲੈ ਪਾਉਂਦਾ ਇਹ ਵੀ ਆਪਾਂ ਆਪਣੇ ਜੀਵਨ ਚ ਵੇਖਿਆ ਹੋਏਗਾ ਜਦੋਂ ਮਨੁੱਖ ਜ਼ਿੰਦਗੀ ਵਿੱਚ ਮਿਹਨਤ ਕਰਦਾ ਤੁਹਾਡੇ ਕੋਲ ਮਿਹਨਤ ਦਾ ਜੇ ਤੁਹਾਡੀ ਜੇਬ ਚ 10 ਵੀ ਹੈਗੇ ਨੇ ਨਾ ਉਹ ਤੁਹਾਡੇ ਵਾਸਤੇ ਕਰੋੜਾਂ ਵਰਗੀ ਤਾਕਤ ਰੱਖਦੇ ਨੇ ਜਦੋਂ ਬਾਣੀ ਚ ਜੂਏ ਦੀ ਗੱਲ ਆਈ ਹੈ ਨਾ ਜਿਹੜਾ ਜਵਾਰੀਆ ਹੁੰਦਾ ਹੈ ਜਵਾਰੀਆ ਉਹ ਜੇ ਅੱਜ ਲੱਖ ਜਿੱਤ ਕੇ ਆਇਆ ਨਾ ਤੇ ਕੋਈ ਖੁਸ਼ੀ ਨਹੀਂ ਹੈ ਪਤਾ ਕਿਉਂ ਕੱਲ ਨੂੰ ਉਹਨੇ ਫੇਰ ਖੇਡਣ ਜਾਣਾ ਹੈ ਹੋ ਸਕਦਾ ਦੋ ਹਾਰ ਆਵੇ ਅੱਜ 1 ਲੱਖ ਜਿੱਤੇ ਆ ਕੱਲ ਨੂੰ ਡੇਢ ਦੋ ਕਰਜ਼ਾ ਹੋਰ ਚੜ ਜਾਏ ਤਾਂ ਸ਼ਬਦ ਵਰਤਿਆ ਸੀ ਤਿੰਨੀ ਜਨਮ ਜੁਆ ਹੈ ਹਾਰਿਆ ਜੂਏ ਦੀ ਜੈਦਾ ਦਾ ਕਾਦਾ ਮਾਣਾ ਜੇ ਅੱਜ ਜਿੱਤੇ ਆ ਤੇ ਕੱਲ ਨੂੰ ਹਾਰਨਾ ਵੀ ਹੈ ਪਰ ਜੇ ਮਨੁੱਖ ਸਹੀ ਰਸਤਾ ਬਣਾਉਂਦਾ ਹੈ ਸਹੀ ਉਹਦੀ ਕਿਰਤ ਹੈ ਉਹਨੂੰ ਪਤਾ ਵੀ ਏਬ ਕੋਈ ਨਹੀਂ ਹੈ ਕੋਈ ਮੈਂ ਗਲਤ ਰਸਤਾ ਨਹੀਂ ਚੁਣਿਆ ਮੈਂ ਸਿੱਧੇ ਰਸਤੇ ਜਾ ਰਿਹਾ ਹਾਂ ਦੁਨੀਆ ਦੇ ਪਦਾਰਥਾਂ ਦੀ ਕਿਹੜੀ ਗੱਲ ਹੈ ਉਹ ਤੇ ਸਮੇਂ ਦੇ ਨਾਲ ਮੈਂ ਖਰੀਦ ਲਵਾਂਗਾ ਦੁਆਉ ਗੁਰੂ ਬਖਸ਼ਿਸ਼ ਕਰੇ ਹਜ਼ੂਰ ਫਰਮਾਉਂਦੇ ਨੇ ਐਸੀ ਕਿਰਪਾ ਸਾਰੇ ਬੋਲੋ ਐਸੀ ਕਿਰਪਾ ਆਪਾਂ ਆ ਕਿਰਪਾ ਮੰਗਣੀ ਹੈ ਗੁਰੂ ਸਾਹਿਬ ਟੀਚਰ ਦਾ ਕੰਮ ਕਰਦੇ ਨੇ ਉਸਤਾਦ ਦਾ ਕੰਮ ਕਰਦੇ ਨੇ ਜਿਵੇਂ ਤੁਹਾਡੇ ਵਿੱਚੋਂ ਕੋਈ ਟੀਚਰ ਲੈਣ ਦਾ ਵੀਰ ਬੈਠਾ ਹੋਵੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕਿਸੇ ਭੈਣ ਨੇ ਸਕੂਲ ਵਿੱਚ ਪੜਾਇਆ ਹੋਵੇ ਕਾਲਜ ਵਿੱਚ ਪੜਾਇਆ ਹੋਵੇ ਜਾਂ ਪੜਾ ਰਹੇ ਹੁਣ ਪਤਾ ਹੁੰਦਾ ਕਈ ਵਾਰੀ ਜਿਹੜਾ ਟੀਚਰ ਹੁੰਦਾ ਹੈ ਉਹ ਸਟੂਡੈਂਟ ਦੇ ਅੱਗੇ-ਅੱਗੇ ਬੋਲਦਾ ਹੈ ਉਹ ਸਮਝਾਉਂਦਾ ਹੈ ਵੀ ਤਾਂ ਕਿ ਸਟੂਡੈਂਟ ਨੂੰ ਪਤਾ ਲੱਗ ਸਕੇ ਤੇ ਗੁਰੂ ਸਾਹਿਬ ਸਾਡੇ ਟੀਚਰ ਵੀ ਨੇ ਉਸਤਾਦ ਵੀ ਨੇ ਸਾਡੇ ਆਗੂ ਵੀ ਨੇ ਸਾਡੇ ਸਭ ਕੁਝ ਨੇ ਸਾਨੂੰ ਸਟੂਡੈਂਟ ਦੀ ਤਰ੍ਹਾਂ ਪੁੱਤਰ ਦੀ ਤਰ੍ਹਾਂ ਬੱਚਿਆਂ ਦੀ ਤਰ੍ਹਾਂ ਟੀਚ ਕਰਦੇ ਨੇ ਕਿ ਆਓ ਬੱਚਿਓ ਆਹ ਚੀਜ਼ ਮੰਗੋ ਗੁਰੂ ਕੋਲ ਐਵੇਂ ਇਹਨਾਂ ਲੋਕਾਂ ਦੇ ਪਿੱਛੇ ਲੱਗੇ ਫਿਰੋ ਅੱਜ ਖਲਾਫਤਾ ਕਿਉਂ ਪੈਦਾ ਹੁੰਦਾ ਸੀ ਲੋਕਾਂ ਨੂੰ ਪੁੱਛਦੇ ਫਿਰਦੇ ਜਿਹੜਾ ਉੱਠਦਾ ਹੈ ਉਹ ਕਹਿੰਦਾ ਜੀ ਆਹ ਗੱਲ ਹੈ ਗੁਰਬਾਣੀ ਤੱਕ ਅਸੀਂ ਪਹੁੰਚਦੇ ਹੀ ਨਹੀਂ ਕੋਈ ਜੁੱਤੀਆਂ ਨੂੰ ਮੱਥੇ ਟਿਕਾਈ ਜਾਂਦਾ ਹੈ ਕੋਈ ਕਹਿੰਦਾ ਜੀ ਆਹ ਆ ਆ ਹੈ ਇਹਨੂੰ ਅਣਕੇ ਮੱਥਾ ਟੇਕੋ ਸਿੱਖ ਦਾ ਸਿਰ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਣਾ ਚਾਹੀਦਾ ਕੋਈ ਉੱਠਦਾ ਜੀ ਆਪ ਫਲਾਣੇ ਗੁਰੂ ਪਾਤਸ਼ਾਹ ਜੀ ਦੀ ਪਰਿਵਾਰ ਦੇ ਵਿੱਚੋਂ ਜੁੱਤੀਏ ਨੂੰ ਮੱਥਾ ਟੇਕੋ ਤੁਹਾਡੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ ਹੱਦ ਹੋ ਗਈ ਹਜ਼ੂਰ ਆਪਣੀ ਜ਼ਿੰਦਗੀ ਵਿੱਚ ਆਪਣੇ ਕੋ ਵਧੀਆ ਵਧੀਆ ਵੈਦ ਰੱਖਣ ਕਿ ਵੈਦ ਤੁਹਾਡੀ ਬਿਮਾਰੀ ਦਾ ਇਲਾਜ ਕਰਨਗੇ ਤੇ ਅੱਜ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਅਸੀਂ ਭੋਲੇ ਆਂ ਕਈ ਵਾਰੀ ਪਿੱਛੇ ਲੱਗ ਜਾਂਦੇ ਆਂ ਤੇ ਅੱਗੇ ਉਹ ਜੇ ਕੋ ਮੇਰੇ ਵਰਗਾ ਪ੍ਰਚਾਰਕ ਬੋਲੇ ਤੇ ਕਹਣਗੇ ਜੀ ਸਾਡੀ ਸ਼ਰਧਾ ਤੋੜਦੇ ਨੇ ਉਹ ਸ਼ਰਧਾ ਨਹੀਂ ਅੰਧਵਿਸ਼ਵਾਸ ਹੈ ਸ਼ਰਧਾ ਦੀ ਡੈਫੀਨੇਸ਼ਨ ਗੁਰਬਾਣੀ ਚ ਪੜੋ ਜਿਨ ਸ਼ਰਧਾ RAM ਨਾਮ ਲੱਗੀ ਤਨ ਦੂਜੇ ਚਿਤ ਨਾ ਲਾਇਆ RAM ਜੇ ਨਾ ਸਕਰੀਨ ਤੇ ਆ ਰਿਹਾ ਉਧਰ ਪੜੋ ਉਪਰ ਜੇ ਨਾ ਸਾਰੇ ਬੋਲੋ ਜੀ ਜੇ ਨਾ ਤਨ ਆਹ ਹੈ ਡੈਫੀਨੇਸ਼ਨ ਪੁੱਛੋ ਕਿਸੇ ਪਖੰਡੀ ਨੂੰ ਹੈ ਜਿਹਦੀ ਸ਼ਰਧਾ ਗੁਰੂ ਨਾਲ ਲੱਗੀ ਉਹਨੂੰ ਕੋ ਕਹੇ ਨਾ ਆਤਮੈ ਮੈਂ ਧਰਤੀ ਸੋਨੇ ਦੀ ਵਿਖਾਵਾਂ ਉਹ ਕਹਿੰਦਾ ਨਾ 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 ਜਿਨ ਸ਼ਰਧਾ RAM ਨਾਮ ਲੱਗੀ ਤਨ ਦੂਜੇ ਚਿਤ ਨਾ ਲਾਇਆ RAM ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਵੇਂ ਅਵਰ ਨਾ ਪਾਇਆ ਰਾਮ ਉਹਨੂੰ ਕੋ ਸੋਨੇ ਦੀ ਧਰਤੀ ਵੀ ਦੇ ਦਵੇ ਨਾ ਵੀ ਆ ਉੱਥੇ ਸੋਨਾ ਐਦਾ ਪੁੱਟੀ ਜਾਓ ਤੇ ਸੋਨਾ ਨਿਕਲਦਾ ਉਹ ਕਹਿੰਦਾ ਮੈਂ ਕੀ ਕਰਨਾ ਮੇਰੀ ਤੇ ਸ਼ਰਦਾ ਗੁਰੂ ਨਾਲ ਲੱਗੀ ਹੁਣ ਤੇ ਸਾਨੂੰ ਤੇ ਕੋ ਮੜਾ ਇਹ ਦੱਸੇ ਨਾ ਉੱਥੇ ਇੱਕ ਫਲਾਣਾ ਪਖੰਡੀ ਆਇਆ ਉਹ ਐਦਾ ਹੱਥ ਫੇਰ ਕੇ ਪੱਥਰੀ ਬਾਹਰ ਕੱਢ ਦਿੰਦਾ ਆਪਣੇ ਜਵਾਕ ਨੂੰ ਡਾਕਟਰ ਬਣਾ ਰਿਆ ਤੇ ਪਖੰਡੀਆਂ ਕੋ ਤੁਰੇ ਫਿਰਦੇ ਜਿਹੜਾ ਹੱਥ ਫੇਰ ਕੇ ਪੱਥਰੀ ਬਾਹਰ ਕੱਢਦਾ ਲੋ ਉਹ ਲਾ ਕੇ ਬੱਚਾ ਵੀ ਹੈਰਾਨ ਹੁੰਦਾ ਕਹਿੰਦਾ ਵੀ ਮੇਰੇ ਤੇ ਮੈਡੀਕਲ ਚ ਇਹੋ ਜਿਹੀ ਕੋਈ ਆਈ ਨਹੀਂ ਵੀ ਹੱਥ ਫੇਰ ਕੇ ਵੀ ਪੱਥਰੀ ਬਾਹਰ ਹੁੰਦੀ ਹੋਵੇ ਪਰ ਗੱਲ ਤੇ ਉਹੀ ਆ ਵੀ ਅਸੀਂ ਇੱਥੇ ਦੁਨੀਆ ਲਟਾਉਣ ਨੂੰ ਪਈ ਹੈ ਲੁੱਟੀ ਜਾਓ ਤਗੜੇ ਹੋ ਕੇ ਕੋਈ ਮਾੜਾ ਵਕੀਲ ਲੁੱਟੀ ਜਾਂਦਾ ਹੈ ਕੋਈ ਕਿਸੇ ਨੂੰ ਜੁੱਤੀ ਕਹਿੰਦਾ ਇਹਨੂੰ ਆਹ ਜੁੱਤੀ ਹੈ ਇਹਨੂੰ ਮੱਥੇ ਨੂੰ ਲਾਓ ਤੁਸੀਂ ਠੀਕ ਹੋ ਜਾਓਗੇ ਜਿਹੜੇ ਲੋਕਾਂ ਨੂੰ ਜੁੱਤੀਆਂ ਖਾਵ ਖਾ ਕੇ ਕਹਿੰਦੇ ਨੇ ਇਹਨੂੰ ਆਓ ਮੱਥਾ ਟੇਕੋ ਜਦੋਂ ਉਹ ਬਿਮਾਰ ਹੁੰਦੇ ਨੇ ਤੇ ਉਹਨਾਂ ਨੂੰ ਅਪੋਲੋ ਹਸਪੀਟਲ ਦੇ ਡਾਕਟਰ ਚੈੱਕ ਕਰਦੇ ਨੇ ਉਹਨਾਂ ਦੇ ਬਨੇ ਬਨੇ ਡਾਕਟਰ ਚੈੱਕ ਅਪ ਕਰਦੇ ਨੇ ਉਹਨਾਂ ਦਾ ਹੁਣ ਤੁਸੀਂ ਸਮਝ ਹੀ ਗਏ ਹੋਗੇ ਇੰਟਰਨੈਟ ਤੇ ਸਾਰਿਆਂ ਕੋਲ ਹੈਗਾ ਮੈਂ ਗੱਲ ਕਿਹੜੀ ਕਰ ਰਿਹਾ ਵਿਸਥਾਰ ਨਾਲ ਪੁੱਛਣਾ ਹੋਇਆ ਤੇ ਦੁਵਾਨ ਚ ਬਾਅਦ ਚ ਪੁੱਛ ਲਿਓ ਮੈਂ ਗੱਲ ਕਿਹੜੀ ਕਰ ਰਿਹਾ ਇਹ ਜੋ ਕਾ ਹੀ ਆ ਹੁਣ ਦੀ ਗੱਲ ਹੀ ਆ ਕੱਲ ਦੀ ਗੱਲ ਹੀ ਆ ਨਾਂ ਲੈਣ ਤੋਂ ਮੈਂ ਤਾਂ ਗਰੀਜ ਕਰਦਾ ਵੀ ਕਈ ਵਾਰੀ ਸਾਡੇ ਸਮੱਸਿਆ ਬੜੀ ਹੈ ਵੀ ਸਾਨੂੰ ਤਕਲੀਫ ਹੋਣ ਲੱਗ ਪੈਂਦੀ ਹੈ ਤੋ ਇਸ ਕਰਕੇ ਮੈਂ ਚਾਹੁੰਦਾ ਵੀ ਆਪ ਹੀ ਪੜ ਲਓ ਨੈਟ ਤੇ ਸਾਰਿਆਂ ਕੋਲ ਹੀ ਹੋਣਾ ਵੇਖ ਲਿਓ ਵੀ ਅੱਜ ਏਦਾਂ ਦਾ ਸਾਨੂੰ ਪਖੰਡ ਤੇ ਏਦਾਂ ਦੇ ਪਖੰਡ ਨੂੰ ਲੋਕ ਬੜਾਵਾ ਜ਼ਿਆਦਾ ਦਿੰਦੇ ਆ ਐਵੇਂ ਥੋੜਾ ਆਖਿਆ ਸੀ ਭਗਤ ਕਬੀਰ ਨੇ ਕਬੀਰ ਜੇਹ ਮਾਰਗ ਪੰਡਿਤ ਗਏ ਪਾਛੇ ਪਰਿ ਸਾਰੇ ਉੱਚੀ ਬੋਲੋ ਕਬੀਰ ਜੇਹ ਮਾਰਗ ਉੱਪਰ ਪੜੋ ਸ਼ਲੋਕ ਕਬੀਰ ਜੇਹ ਮਾਰਗ ਪਾਛੈ ਪੀੜਾਂ ਦੀਆਂ ਪੀੜਾਂ ਤੁਰ ਪੈਂਦੀਆਂ ਜਿੱਧਰ ਪਖੰਡ ਹੁੰਦਾ ਹੈ ਪਰ ਇੱਕ ਅਵ ਘਟ ਘਾਟੀ ਰਾਮ ਕੀ ਤੇਹ ਚੜ ਰਹੇ ਹੋ ਕਵੀਰ ਤੁਹਾਡੇ ਵਿੱਚ ਟਰੱਕ ਚਲਾਉਣ ਵਾਲੇ ਵੀਰ ਬੱਸਾਂ ਚਲਾਉਣ ਵਾਲੇ ਵੀਰ ਬੈਠੇ ਹੋਣੇ ਜਦੋਂ ਪਹਾੜੀ ਆਉਂਦੀ ਹੈ ਨਾ ਹਿੱਲ ਉੱਚੀ ਉੱਚੀ ਜਗ੍ਹਾ ਉੱਥੇ ਟਰੱਕ ਦਾ ਜ਼ੋਰ ਲੱਗਦਾ ਜਿਆਦਾ ਲੋਡ ਹੋਵੇ ਤੇ ਕਈ ਵਾਰੀ سپورਟ ਦੇ ਦੇ ਕੇ ਚੜਾਉਣਾ ਪੈਂਦਾ ਟਰੱਕ ਨੂੰ ਤਾਂ ਨੂੰ ਖਣ ਲੱਗਿਆ ਜ਼ੋਰ ਲੱਗਦਾ ਟਰੱਕ ਦਾ ਪਰ ਉਤਰਾਈ ਵੇਲੇ ਜ਼ੋਰ ਦੀ ਲੋੜ ਨਹੀਂ ਉਦੋਂ ਬ੍ਰੇਕ ਦੀ ਲੋੜ ਹੈ ਤਾਂ ਨੂੰ ਚੜਾਉਣ ਲੱਗਿਆਂ ਜ਼ੋਰ ਲੱਗਣਾ ਇਹ ਅਬ ਘਟ ਘਾਟੀ ਰਾਮ ਕੀ ਆ ਨਾ ਇਥੇ ਜ਼ੋਰ ਤੋਂ ਡਰਦੇ ਆਂ ਭੱਜ ਜਾਂਦੇ ਆ ਕਹਿੰਦੇ ਉਧਰ ਰਾਹ ਠੀਕ ਥੋੜਾ ਜਿਹਾ ਲੱਗਦਾ ਸਾਨੂੰ ਪਖੰਡੀਆਂ ਤੇ ਮਗਰ ਭਜਦੇ ਨੇ ਉਧਰ ਨੂੰ ਖੱਡੀਆਂ ਕੋ ਕਿਉਂਕਿ ਉਧਰ ਆਸ਼ੀਰਵਾਦ ਮਿਲਣਾ ਹੈ ਇਥੇ ਸਮਝਣਾ ਪੈਣਾ ਕੁਝ ਗੁਰਮਤ ਕੀ ਕਹਿੰਦੀ ਹੈ ਸੁਣਿਓ ਖੈਰ ਆਓ ਰਲ ਕੇ ਆਪਾਂ ਬਾਣੀ ਪੜਹੀਏ ਇਹਨਾਂ ਪਖੰਡਾਂ ਚੋਂ ਬਚੋ ਇਹ ਗੁੰਮਰਾਹ ਕੀਤਾ ਜਾ ਰਿਹਾ ਮੈਂ ਗੁਰੂ ਦੀ ਹਜ਼ੂਰੀ ਵਿੱਚ ਆਪਣੇ ਹੋਸ਼ੋ ਹਵਾਸ਼ ਵਿੱਚ ਇਹ ਗੱਲ ਕਹਿ ਰਿਹਾ ਇਹੋ ਜੇ ਪਖੰਡ ਨੂੰ ਗੁਰਮਤ ਵਿੱਚ ਕੋਈ ਥਾਂ ਨਹੀਂ ਸ਼ਬਦ ਬਾਣੀ ਪੜੋ ਸਮਝੋ ਗੁਰੂ ਸਾਹਿਬ ਜੀ ਨੇ ਇਲਾਜ ਵਾਸਤੇ ਆਪਣੇ ਕੋਲ ਕਲ ਦੇ ਦੀਵਾਨ ਚ ਹੀ ਕਿਹਾ ਸੀ ਕਿ ਵਧੀਆ ਵਧੀਆ ਵੈਦ ਰੱਖੇ ਮਹਾਰਾਜ ਨੇ ਆਪਣੇ ਕੋਲ ਪਾਈ ਲਾਲੋ ਪਰਿਓ ਮਾਨਕੋਸ਼ ਹੋਣਾ ਤੁਹਾਡੇ ਘਰਾਂ ਚ ਨਹੀਂ ਤੇ ਲੈਪਟਾਪ ਤੇ ਅੱਜ ਕੱਲ ਹੈਗੇ ਆਈਪੈਡ ਮਾਨਕੋਸ਼ ਵਿੱਚ ਲਾਲੋ ਸ਼ਬਦ ਪਰਿਓ ਤਿੰਨ ਲਾਲੋ ਉਹਨਾਂ ਦਾ ਜ਼ਿਕਰ ਆਏਗਾ ਉਹਨਾਂ ਵਿੱਚੋਂ ਇੱਕ ਲਾਲੋ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਮਹਾਰਾਜੀ ਦੇ ਕੋਲ ਸੀ ਜੋ ਵੈਦ ਸੀ ਮਹਾਰਾਜ ਆਪਣੇ ਕੋਲ ਵੈਦ ਰੱਖਦੇ ਹੁੰਦੇ ਸੀ ਵੀ ਜੇ ਕੋਈ ਬਿਮਾਰ ਹੋਵੇ ਇਲਾਜ ਵੈਦ ਕਰੇ ਤੇ ਅੱਜ ਸਾਡੇ ਕੀ ਕਹਿੰਦੇ ਨੇ ਭਲਾ ਆਓ ਜੀ ਉਹ ਫਲਾਣੀ ਜੁੱਤੀ ਨੂੰ ਮੱਥੇ ਨਾਲ ਲਾ ਲਓ ਤੁਸੀਂ ਬੋਲੋ ਜੀ ਠੀਕ ਹੋ ਜਾਓਗੇ ਤੇ ਲੋਕ ਭਜੇ ਫਿਰਦੇ ਨੇ ਜੇ ਕੋਈ ਇੱਥੇ ਆ ਜੇ ਇਦਾਂ ਦਾ ਕੋਈ ਜੁੱਤੀ ਲੈ ਕੇ ਤੇ ਲੋਕਾਂ ਉੱਠ ਕੇ ਤੁਰ ਪਣਾ ਵੀ ਹਾਂਜੀ ਜੁੱਤੀ ਮੱਥੇ ਤੇ ਤੇ ਜਵਾਕਾਂ ਆਪਣੇ ਨੂੰ ਕਹਿੰਦੇ ਨੇ ਇਹਨੂੰ ਅਸੀਂ ਐਮਬੀਬੀਐਸ ਕਰਾਈ ਹੈ ਜੀ ਤੇ ਮੈਡੀਕਲ ਲੈਣ ਦੇ ਵਿੱਚ ਆ ਇਥੇ ਇਦਾਂ ਦੇ ਪਖੰਡੀ ਵੀ ਆ ਗਏ ਜਿਹੜੇ ਦਾਅਵੇ ਕਰਦੇ ਵੀ ਅਸੀਂ ਪਾਣੀ ਨਾਲ ਹੀ ਕਾਰ ਚਲਾ ਦਿੰਨੇ ਆ ਜਿਨੇ ਡੀਜ਼ਲ ਜਨਰਲ ਇੰਜਨ ਦੇ ਉੱਤੇ ਇੰਜੀਨੀਅਰਿੰਗ ਕੀਤੀ ਨਾ ਉਹ ਸੰਗਤ ਵਿੱਚ ਬੈਠਾ ਹੁੰਦਾ ਉਹ ਵੀ ਜ਼ੁਕਾਰਾ ਛੱਡ ਦਿੰਦਾ ਵੀ ਤੂੰ ਤੇ ਪੁੱਛ ਲੈ ਕਮ ਸੇ ਕਮ ਵੀ ਭਲਿਆ ਜੇ ਡੀਜ਼ਲ ਵਾਲੀ ਗੱਡੀ ਉਹ ਪੈਟਰੋਲ ਤੇ ਨਹੀਂ ਚੱਲ ਸਕਦੀ ਬਾਬਾ ਜੀ ਪਾਣੀ ਤੇ ਕਿਦਾਂ ਚੱਲ ਗਈ ਉਹ ਵੀ ਮਨਚ ਸੋਚਦਾ ਹੋਣਾ ਵੀ ਹੋ ਸਕਦਾ ਮੇਰੇ ਕੋਰਸ ਵਿੱਚ ਇਹ ਸਬਜੈਕਟ ਆਇਆ ਹੀ ਨੋ ਵੀ ਪੜਿਆਂ ਲਿਖਿਆਂ ਨੂੰ ਵੀ ਅਗਲਿਆਂ ਨੇ ਪਿੱਛੇ ਲਾ ਛੱਡਿਆ ਤੋ ਤਾਂ ਮੈਂ ਤੇ ਹਰ ਹਰ ਸਟੇਜ ਤੇ 25 26 27 ਸਾਲ ਹੋ ਗਏ ਨੇ ਮੈਨੂੰ ਮੈਂ ਤੇ ਇਹੋ ਤਰਲਾ ਲੈਣਾ ਵੀ ਮੇਰੀ ਗੱਲ ਤੇ ਵੀ ਯਕੀਨ ਨਾ ਕਰੋ ਗੁਰਬਾਣੀ ਆਪ ਪੜ ਲਓ ਇੱਕ ਵਾਰ ਜਦੋਂ ਤੁਸੀਂ ਗੁਰਬਾਣੀ ਪੜ ਲੋਗੇ ਸਾਰੇ ਭਲੇਖੇ ਦੂਰ ਹੋ ਜਾਣੇ ਨੇ ਸ਼ਬਦ ਬਾਣੀ ਆਪ ਪੜੋ ਆਪ ਸਮਝੋ ਕਿਸੇ ਕੋਲ ਜਾਣ ਦੀ ਲੋੜ ਨਹੀਂ ਨਾ ਸਭ ਤੋਂ ਵੱਡੀ ਤੁਹਾਡੇ ਆਪਣੇ ਅੰਦਰ ਬੈਠੀ ਹੋਈ ਤਾਕਤ ਆ ਜੋ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਤੁਹਾਡੇ ਅੰਦਰ ਬੈਠਾ ਹੈ ਗੁਰੂ ਸਾਹਿਬ ਕੱਲੇ-ਕੱਲੇ ਨੂੰ ਟੀਚ ਕਰਦੇ ਆ ਸਮਝਾਉਂਦੇ ਆ ਵੀ ਆਹ ਬੰਦੇ ਆਪ ਗੁਰਮਤ ਨਾਲ ਜੋੜੋ ਤੁਹਾਉ ਗੁਰੂ ਕੋਲੋਂ ਇੱਕ ਕਿਰਪਾ ਮੰਗੀ ਐ ਸਾਰੇ ਰਲ ਕੇ ਪੜੋ ਇੱਕ ਵਾਰ ਐਸੀ ਕਿਰਪਾ ਮੋਹਿ ਕਰੋ ਐਸੀ ਕਿਰਪਾ ਮੋਹਿ ਕਰੋ ਵਾ ਵਾ ਐਸੀ ਕਿਰਪਾ ਮੋਹਿ ਕਰੋ ਹੁਣ ਕਿਰਪਾ ਵੇਖੋ ਕਿਹੜੀ ਮੰਗੀ ਆ ਤੇ ਅਸੀਂ ਕਿਹੜੀ ਮੰਗਦੇ ਆ ਕਿਰਪਾ ਕਿਰਪਾ 'ਚ ਫਰਕ ਐ ਆ ਗੁਰੂ ਸਾਹਿਬ ਜੀ ਕਹਿੰਦੇ ਨੇ ਐਸੀ ਕਿਰਪਾ ਮੋਹਿ ਕਰੋ ऐसी कृपा मोहे करो ऐसी <स्था> कृपा मोहे <दो> करो ऐसी कृपा <स्था> मोहे करो संता चरण हमारो माथा संता चरण हमारो माथा संता चरण हमारो माथा <स्था> नैन दर्श तन धूर परो नैन दर्श तन तूर परो ऐसी कृपा मुहे करो ऐसी कृपा मोहे करो वाह वाह वा. ਗੁਰ ਕੋ ਸ਼ਬਦ ਮੇਰੇ ਹੀ ਰਹਿ ਬਾਸੈ ਗੁਰ ਕੋ ਸ਼ਬਦ ਮੇਰੇ ਹੀ ਰਹਿ ਬਾਸੈ ਹਰ ਨਾਮਾ ਮਨ ਸੰਗ ਧਰੋ ਹਰ ਨਾਮਾ ਮਨ ਸੰਗ ਧਰੋ ਵਾ ਵਾ ਤਸਕਰ ਪੰਚ ਨਿਵਾਰੋ ਠਾਕੁਰ ਤਸਕਰ ਪੰਚ ਨਿਵਾਰੋ ਠਾਕੁਰ ਵਾ ਵਾ ਸਗਲੋ ਪਰਮਾ ਹੋਮ ਜਰੋ ਸਗਲੋ ਪਰਮਾ ਹੋਮ ਜਰੋ ऐसी किरपा मोहे करो ऐसी किरपा मोहे करो जो तुम करो सोई पल मान जो तुम करो सोई पल मान वाह वाह ਭਾਵਨ ডুবਦਾ ਦੂਰ ਟਰੋ ਭਾਵਨ ডুবਦਾ ਦੂਰ ਟਰੋ ਭਾਵਨ ডুবਦਾ ਦੂਰ ਟਰੋ ਨਾਨਕ ਕੇ ਪ੍ਰਭ ਤੁਮਹੀ ਦਾਤੇ ਨਾਨਕ ਕੇ ਪ੍ਰਭ ਤੁਮਹੀ ਦਾਤੇ ਸੰਤ ਸੰਗਲੇ ਮੋਹੇ ਉਧਰੋ ਸੰਤ ਸੰਗਲੇ ਮੋਹੇ ਉਧਰੋ ਸੰਤ ਸੰਗਲੇ ਮੋਹੇ ਉਧਰੋ ਸੰਤ ਸੰਗਲੇ ਮੋਹੇ ਉਧਰੋ ਐਸੀ ਕਿਰਪਾ ਮੋਹੇ ਕਰੋ ਐਸੀ ਕਿਰਪਾ ਮੋਹੇ ਕਰੋ santa charan hamaro matha santa charan hamaro matha santa charan hamaro matha santa charan hamaro nain darsh tan dhur paro nain darsh tan dhur paro ਹਜ਼ੂਰ ਫਰਮਾਉਂਦੇ ਨੇ ਐਸੀ ਕਿਰਪਾ ਏਦਾਂ ਦੀ ਕਿਰਪਾ ਮੋਹੇ ਕਰੋ ਮੇਰੇ ਤੇ ਕਰ ਦਿਓ ਮਹਾਰਾਜ ਕਿਹੜੀ ਕਿਰਪਾ ਸੰਤਾਂ ਚਰਨ ਸੰਤਾਂ ਦੇ ਹੋਣ ਚਰਨ ਤੇ ਮੇਰਾ ਹੋਵੇ ਮੱਥਾ ਬੋਲੋ ਜੀ ਸੰਤਾਂ ਦੇ ਹੋਣ ਤੇ ਮੇਰਾ ਹੋਵੇ ਹੁਣ ਜੇ ਆਪਾਂ ਇਹ ਸ਼ਬਦ ਦੇ ਅਰਥ ਨਾ ਕਰੀਏ ਸਿਰਫ ਸ਼ਬਦ ਪੜਹੀਏ ਤੇ ਕੀ ਦਿਮਾਗ 'ਚ ਮੈਸੇਜ ਜਾਂਦਾ ਇੱਕਦਮ ਕਿ ਗੁਰੂ ਸਾਹਿਬ ਐਂ ਗੱਲ ਕਰ ਰਿਹਾ ਵੀ ਇੱਕ ਸੰਤ ਹੁੰਦਾ ਉਹਦੇ ਪੈਰ ਹੋਣਾ ਜਿਹੜੇ ਤੇ ਮੇਰਾ ਮਥਾ ਉਹਨਾਂ ਦੇ ਉੱਚੀ ਬੋਲ ਹੋਣਾ ਪੈਰਾਂ ਵਿੱਚ ਪਿਆ ਹੋਵੇ ਠੀਕ ਹੈ ਜੀ ਨੈਣ ਦਰਸ਼ ਮੇਰੀਆਂ ਅੱਖਾਂ ਉਹਨਾਂ ਨੂੰ ਵੇਖਦੀਆਂ ਰਹਿਣ ਤੇ ਤਨ ਧੂਰ ਪਰੋ ਫਿਰ ਜਿੱਥੋਂ ਦੀ ਬਾਬਾ ਜੀ ਲੰਘਣ ਉਹ ਧੂੜੀ ਚੁਗ ਚੋ ਕੇ ਮੈਂ ਬੋਲੋ ਗੁਰੂ ਕੇ ਪਿਆਰੇਓ ਨੈਣ ਦਰਸ ਤਨ ਧੂਰ ਪਰੋ ਮੈਂ ਉਹ ਧੂੜ ਆਪਣੇ ਤੇ ਪਾਵਾਂ 2 ਮਿੰਟ ਲਈ ਸੋਚੋ ਗੁਰਵਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੇਲੇ ਕਿਹੜਾ ਅਸਾ ਵਿਅਕਤੀ ਹੋਏਗਾ ਜਦੋਂ ਭਾਈ ਗੁਰਦਾਸ ਜੀ ਬਾਣੀ ਲਿਖਦੇ ਹੋਣਗੇ ਤੇ ਉਹ ਪੁੱਛਣ ਵੀ ਮਹਾਰਾਜ ਵੀ ਕਿਹੜਾ ਇਹੋ ਜਿਹਾ ਸੰਤ ਆ ਜਿਹਦੇ ਚਰਨਾਂ ਦੇ ਵਿੱਚ ਤੁਸੀਂ ਸਿੱਖਾਂ ਨੂੰ ਮੱਥਾ ਰੱਖਣ ਲਈ ਕਹਿ ਰਹੇ ਆ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜੀ ਤੋਂ ਲੈ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜੀ ਤੱਕ ਮੈਂ ਚੁਣਦੇ ਸਿੱਖਾਂ ਦੇ ਨਾਮ ਲੈ ਦਿੰਨਾ ਜਿਨ੍ਹਾਂ ਵਿੱਚ ਸਭ ਤੋਂ ਵੱਧ ਗੁਰੂ ਨਾਨਕ ਸਾਹਿਬ ਜੀ ਦੀ ਸੰਗ ਕਰਨ ਵਾਲੇ ਉਹਨਾਂ ਦਾ ਨਾਮ ਕੀ ਅਤੀ ਸਤਿਕਾਰਯੋਗ ਭਾਈ ਉੱਚੀ ਬੋਲੋ ਭਾਈ ਗੱਜ ਕੇ ਬੋਲੋ ਪਿਆਰਿਓ ਭਾਈ ਗੱਜ ਕੇ ਬੋਲੋ ਜੀ ਭਾਈ ਮਰਦਾਨਾ ਜੀ ਤੁਸੀਂ ਆਪਣੇ ਜੀਵਨ ਕਾਲ 'ਚ ਕਿਸੇ ਦੇ ਕੋਲੋਂ ਸੰਤ ਮਰਦਾਨਾ ਜੀ ਸੁਣਿਆ ਕਦੀ? ਉਹ ਬੋਲੋ ਗੁਰੂ ਕੇ ਪਿਆਰੇਓ। ਕਿਸੇ ਨੇ ਸੰਤ ਮਰਦਾਨਾ ਜੀ ਤੁਸੀਂ ਕਿਸੇ ਦੇ ਕੋਲੋਂ ਸਟੇਜ 'ਤੇ ਸੁਣਿਆ ਹੋਵੇ ਕਦੀ? ਕਿਸੇ ਨੇ ਬੋਲਿਆ ਹੋਵੇ? ਸੁਣਿਆ ਜੀ? ਨਹੀਂ ਸੁਣਿਆ। ਇਹਦਾ ਮਤਲਬ ਸਭ ਤੋਂ ਵੱਧ ਗੁਰਨਾਨ ਸਾਹਿਬ ਦਾ ਸਾਹ ਗੁਰੂ ਨਾਨਕ ਸਾਹਿਬ ਜੀ ਦੇ ਪਰਿਵਾਰ ਦੇ ਮੈਂਬਰ ਨੇ ਵੀ ਇੰਨਾ ਸਾਥ ਨਹੀਂ ਮਾਣਿਆ ਹੋਣਾ ਜਿੰਨਾ ਭਾਈ ਮਰਦਾਨਾ ਜੀ ਨੇ ਮਾਣਿਆ। ਤੇ ਭਾਈ ਮਰਦਾਨਾ ਜੀ ਉਹਨਾਂ ਤੋਂ ਬਾਅਦ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਦੇ ਵੇਲੇ ਦੇ ਸਿੱਖ ਉਹਨਾਂ ਵਿੱਚ ਵੀ ਤੁਹਾਨੂੰ ਭਾਈ ਜੋਧ ਜੀ ਮਿਲ ਜਾਣਗੇ ਭਾਈ 파ਰੋ ਜੀ ਮਿਲ ਜਾਣਗੇ ਭਾਉ ਭਾਈ ਜੁਲਕਾ ਜੀ ਮਿਲ ਜਾਣਗੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਲੇ ਦੇ ਸਿੱਖਾਂ ਦੇ ਨਾਮ ਵੇਖ ਲਓ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੇ ਵੇਲੇ ਸਿੱਖਾਂ ਦੇ ਨਾਮ ਵੇਖ ਲਓ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਲਾਹੌਰ ਜਾਂਦੇ ਨੇ ਭਾਈ ਜੇਠਾ ਭਾਈ ਪੈੜਾ ਭਾਈ ਪੈਰਾਗਾ ਭਾਈ ਬਿਧੀਚੰਦ ਭਾਈ ਲੰਗਾਹਾ ਉਹਨਾਂ ਸਖਾਂ ਭਾਈ ਸ਼ਬਦ ਆਉਂਦਾ ਸਾਰਿਆਂ ਦੇ ਨਾਂ ਨਾਲ ਜਿਹੜੇ ਲਾਈਵ ਘਰਾਂ ਵਿੱਚ ਬੈਠੇ ਸੁਣ ਰਹੇ ਨੇ ਉਹਨਾਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਮੈਂ ਅੰਕੜਿਆਂ ਦੇ ਨਾਲ ਗੱਲ ਕਰ ਰਿਹਾ ਮੈਂ ਕੋੜੋ ਨਹੀਂ ਗੱਲ ਕਰ ਰਿਹਾ ਜੇ ਹੋਵੇ ਤੇ ਮੇਰੀ ਮੇਰੇ ਗਿਆਨ 'ਚ ਵਾਧਾ ਕਰ ਦਿਓ ਸਕਦਾ ਸਾਡੇ ਕੋਲ ਰਹਿ ਗਿਆ ਹੋਵੇ ਫਿਰ ਉਸ ਤੋਂ ਬਾਅਦ ਧੰਗੂ ਗੁਰੂ ਅਰਜਨ ਸਾਹਿਬ ਸੱਚੇ ਪਾਸ਼ਾ ਤੋਂ ਬਾਅਦ ਗੁਰੂ ਹਰਗੋਬਿੰਦ ਪਾਸ਼ਾ ਗੁਰੂ ਹਰ ਰਾਏ ਗੁਰੂ ਹਰਕ੍ਰਿਸ਼ਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਕਤ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਤਿੰਨ ਸਿੱਖ ਸ਼ਹਾਦਤ ਦਾ ਜਾਮ ਪੀਂਦੇ ਨੇ ਜਿਨ੍ਹਾਂ ਵਿੱਚ ਦੇਗ ਵਿੱਚ ਉਬਾਲਾ ਖਾਣ ਵਾਲੇ ਅਤੀ ਸਤਿਕਾਰਯੋਗ ਭਾਈ ਦੀਆਲਾ ਜੀ ਰੂੰ ਵਿੱਚ ਲਪੇਟ ਕੇ ਜਿਨ੍ਹਾਂ ਨੂੰ ਅਗਨ ਭੇਡ ਕੀਤਾ ਗਿਆ ਉਹ ਭਾਈ ਸਤੀਦਾਸ ਜੀ ਤੇ ਜਿਨ੍ਹਾਂ ਨੂੰ ਆਰੇ ਨਾਲ ਚੀਰਿਆ ਗਿਆ ਉਹ ਭਾਈ ਗੱਜ ਕੇ ਬੋਲੋ ਜੀ ਭਾਈ ਮਤੀ ਦਾਸ ਜੀ ਭਾਈ ਲਖੀ ਸ਼ਾਵਣਜਾਰਾ ਇਹਨਾਂ ਦੀ ਬੇਟੀ ਬੀਬੀ ਸੀਤੋਬਾਈ অতি ਸਤਿਕਾਰਯੋਗ ਭਾਈ ਮਨੀ ਸਿੰਘ ਜੀ ਦੀ ਸੁਪਤਨੀ ਹੈ ਅੱਜ ਜੀ ਮੈਂ ਦਿਨੇ ਗੱਲ ਕਰ ਰਿਹਾ ਸੀ ਕਿ ਭਾਈ ਮਨੀ ਸਿੰਘ ਦੇ ਪਰਿਵਾਰ ਦੇ 90 ਤੋਂ ਵੱਧ ਪਰਿਵਾਰ ਦੇ ਮੈਂਬਰਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ ਕਿੰਨੇ ਜੀ ਭਾਈ ਬੱਲੋ ਜੀ ਉਹਨਾਂ ਦੇ ਦਾਦਾ ਜੀ ਸੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਜੰਗ ਵਿੱਚ ਸ਼ਹਾਦਤ ਦਾ ਜਾਮ ਪੀਂਦੇ ਨੇ ਭਾਈ ਮਾਈ ਦਾਸ ਜੀ ਉਹਨਾਂ ਦੇ ਪਿਤਾ ਆਪ ਦਾਦਾ ਪਰਿਵਾਰ ਫਿਰ ਉਸ ਤੋਂ ਬਾਅਦ ਭਰਾ ਪੁੱਤਰ 90 ਤੋਂ ਵੱਧ ਜੀਨੇ ਤੇ ਸਾਡੇ ਵਰਗਾ ਬੰਦਾ 90 ਰੁਪਏ ਦੇ ਕੇ ਨਾ ਕੰਨ ਲਾ ਕੇ ਸੁਣਦਾ ਮੇਰਾ ਨਾਂ ਕਿੱਥੇ ਕਿ ਲਿਆ ਭਲਾ ਜੀ ਮੇਰੇ ਨਾਂ ਨਾਲ ਕੋਈ ਤਖ਼ल्लੁਸ ਲੱਗਾ ਕਿ ਨਹੀਂ ਲੱਗਾ ਮੈਂ ਆਪਣੀ ਜ਼ਿੰਦਗੀ 'ਚ ਭਾਈ ਮਨੀ ਸਿੰਘ ਦੇ ਨਾਂ ਦਾ ਪੱਥਰ ਲਗਾ ਨਹੀਂ ਵੇਖਿਆ ਕਿਤੇ 90 ਜੀ ਵਾਰ ਦਿੱਤੇ ਕੌਮਦੋ ਤੋਂ ਤੇ ਉਹ ਵੀ ਭਾਈ ਉਹ ਭਾਈ ਮਨੀ ਦਾ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਸਰਸਾ ਨਦੀ ਦੇ ਕੰਢੇ ਤੇ ਜਦੋਂ ਜੰਗ ਹੁੰਦੀ ਹੈ ਤੇ ਉਸ ਵਕਤ ਜਿਹੜੇ ਬਾਬਾ ਅਜੀਤ ਸਿੰਘ ਦਾ ਉਸ ਵਕਤ ਸਾਥ ਦਿੰਦੇ ਨੇ ਭਾਈ ਬਚਤਰ ਸਿੰਘ ਜਿਨ੍ਹਾਂ ਨੇ ਨਾਗਣੀ ਦੇ ਨਾਲ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜਾ ਹਾਥੀ ਨੂੰ ਭਜਾਇਆ ਸੀ ਉਹ ਭਾਈ ਮਨੀ ਸਿੰਘ ਦੇ ਸੁਪੁੱਤਰ ਨੇ ਪਾਈ ਉਦੇਸ਼ ਸਿੰਘ ਵੀ ਪਾਈ ਮਨੀ ਸਿੰਘ ਦੇ ਸੁਪੁੱਤਰ ਨੇ ਉਹ ਵੀ ਭਾਈ ਬਚਿੱਤਰ ਸਿੰਘ ਬੰਦ-ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ ਦੇਗਾ ਜੋ ਬਾਲ ਖਾਣੇ ਵਾਲੇ ਭਾਈ ਦਿਹਾਲਾ ਜੀ ਖੋਪਰ ਲਾਉਣ ਵਾਲੇ ਭਾਈ ਬੋਲੋ ਪਿਆਰੇ ਉਹ ਭਾਈ ਬੰਦ-ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ ਜੀ ਖੋਪਰ ਲਾਉਣ ਵਾਲੇ ਭਾਈ ਤਾਰੂ ਸਿੰਘ ਜੀ ਚਰਖੀਆਂ ਤੇ ਚੰਨ ਵਾਲੇ ਭਾਈ ਸੁਭੇਕ ਸਿੰਘ ਤੇ ਸ਼ਾਬਾਸ਼ ਸਿੰਘ ਜੀ ਇਹ ਬਾਅਦ ਦਾ ਸਮਾਂ ਹੈ ਭਾਈ ਸ਼ਬੇਸ਼ ਸਿੰਘ ਤੇ ਭਾਈ ਸ਼ਾਬਾਦ ਸਿੰਘ ਦਾ ਸਮਾਂ ਬਾਅਦ ਦਾ ਹੈ ਇਹ ਤੇ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਦਾ ਸਮਾਂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਤੱਕ ਤਾਂ ਤੁਹਾਨੂੰ ਕਿਸੇ ਦੇ ਨਾਂ ਦੇ ਨਾਲ ਲੱਗਾ ਸ਼ਬਦ ਮਿਲੂਗਾ ਹੀ ਨਹੀਂ ਤੇ ਉਸ ਤੋਂ ਬਾਅਦ ਖੁੰਬਾ ਮੰਗੂ ਤਰ੍ਹਾਂ ਤਰ੍ਹਾਂ ਦੇ ਵੈਰਾਈਟੀਆਂ ਨਿਕਲੀਆਂ ਨੇ ਤਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਪਾਸੇ ਰੱਖਿਆ ਜਾਵੇ ਤੇ ਦੇਹਾਂ ਦਾ ਸਤਕਾਰ ਸਾਡੇ ਵਿੱਚ ਬਹਾਲ ਕੀਤਾ ਜਾਵੇ ਜਿਹੜਾ ਅੱਜ ਖਮਿਆਜਾ ਭੁਗਤਣਾ ਪੈ ਰਿਹਾ ਸਾਡੀ ਕੌਮ ਨੂੰ ਤੇ ਦੁੱਖ ਪਤਾ ਕੀ ਹੁੰਦਾ ਪੜਿਆ ਲਿਖਿਆ ਵਰਗ ਅੱਜ ਉਹਨਾਂ ਦੇ ਪਿੱਛੇ ਖਲੋਤਾ ਹੈ ਸਾਡਾ ਮਹਾਪੁਰਖ ਹੈ ਜੀ ਸਾਡਾ ਇਦਾਂ ਜੀ ਹੱਦ ਹੋ ਗਈ ਯਾਰ ਕਦੀ ਘਰ ਘਰ ਬਾਬਾ ਗਾਵੀਏ ਕਦੀ ਘਰ ਘਰ ਇਸ ਬਾਬੇ ਦੀ ਗੱਲ ਹੁੰਦੀ ਸੀ ਅੱਜ ਤਰ੍ਹਾਂ ਤਰ੍ਹਾਂ ਦੇ ਬਾਬੇ ਤਾਂ ਤਰ੍ਹਾਂ ਤਰ੍ਹਾਂ ਦੀਆਂ ਵੈਰਾਈਟੀਆਂ ਸਾਡੇ ਸਮਾਜ ਵਿੱਚ ਤੁਰ ਪੀਆਂ ਫਿਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਕਤ ਇਹ ਤਾਂ ਅੰਗਰੇਜ਼ ਕਾਲ ਵੇਲੇ ਤਰ੍ਹਾਂ ਤਰ੍ਹਾਂ ਦਾ ਸਭ ਕੁਝ ਪੈਦਾ ਹੋਇਆ। ਫਿਰ ਛੋਟੀ ਛੋਟੀ ਉਮਰ ਦੇ ਬਾਬੇ, ਸੰਤ, ਬ੍ਰਹਮ ਗਿਆਨੀ ਡਿਗਰੀਆਂ ਜਿਵੇਂ ਗੱਡੀਆਂ ਦੀਆਂ ਨੰਬਰ ਪਲੇਟਾਂ ਨਹੀਂ ਹੁੰਦੀਆਂ। ਚਿੱਟੀ ਦਾੜੀ ਵਾਲੇ ਬੰਦੇ ਪੈਰਾਂ 'ਚ ਮੱਥਾ ਟਿਕਦੇ ਪੈਣੇ। ਜੁਆਕ ਬਾਬਾ ਜੇ 20-22 ਸਾਲ ਦਾ, 25 ਸਾਲ ਦਾ। ਉਹਦੇ ਪੈਰ ਆਪਣੇ ਗੋਦੀ 'ਚ ਰੱਖ ਕੇ ਤੇ ਇਦਾਂ ਘੁੱਟ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੱਡੀਆਂ ਲਾ ਕੇ, ਗੱਦੇਲੇ ਲਾ ਕੇ, ਆਸਣ ਲਾ ਕੇ ਮੱਥੇ ਟਿਕਾਏ ਜਾ ਰਹੇ ਨੇ। ਜਿਹੜਾ ਇਹ ਸੰਤ ਸ਼ਬਦ ਆਇਆ ਹੈ ਇਹ ਕਿਹਦੇ ਲਈ ਆਇਆ ਹੈ ਧਿਆਨ ਨਾਲ ਸੁਣਿਓ ਸੰਤ ਸ਼ਬਦ ਉਹ ਬਾਣੀ ਵਿੱਚ ਕਈ ਅਰਥਾਂ ਵਿੱਚ ਹੈ ਮੈਂ 2-3 ਐਗਜ਼ਾਮਪਲਾਂ ਦੇ ਦੇਣਾ ਧਿਆਨ ਨਾਲ ਸੁਣੀ ਜਾਇਓ ਗੱਜ ਨਾਲ ਨਾਲ ਤੁਕਾਂ ਸਕਰੀਨ ਤੇ ਆਈ ਜਾਣੀਆਂ ਨਾਲ ਨਾਲ ਪੜ੍ਹੀ ਜਾਇਓ ਪੜਾਂਗੇ ਸੰਤ ਸ਼ਬਦ ਦੀ ਪਰ ਅਰਥ ਡਿਫਰੈਂਟ ਹੋਣਗੇ ਗੱਜ ਸਾਡੇ ਤੈਂ ਤੈਂ ਧੋਤੀਆਂ ਤੇਰੇ ਪਾਏ ਨ ਤਗ ਗਜ ਸਾਡੇ ਤੈ ਤੈ ਤੇਰੇ ਪਾਏ ਨ ਗਲੀ ਜਨਾ ਜਪ ਮਾਲੀਆਂ ਗਲਾਂ ਵਿੱਚ ਜਪ ਮਾਲੀਆਂ ਪਾਈਆਂ ਹੋਈਆਂ ਤੇ ਲੋਟੇ ਬੋਲੋ ਪਿਆਰਿਓ ਗੜਵੇ ਲੋਟੇ ਹੱਥ ਛਟੇ ਨ ਬਗ ਭਗਤ ਕਬੀਰ ਜੀ ਕੀ ਕਹੋਗੇ ਉਹਨਾਂ ਨੂੰ ਓਏ ਹਰ ਕੇ ਸੰਤ ਨ ਆਖੀਐ ਕੀ ਬੋਲੋ ਜੀ ਇਹ ਕਿਹਨੇ ਕਿਹਾ ਜੀ ਬਨਾਰਸ ਕੇ ਠੱਗ ਭਗਤ ਕਬੀਰ ਜੀ ਨੇ ਤੁਸੀਂ ਪੜਿਆ ਨਾ ਮੈਂ ਤਾਂ ਨਹੀਂ ਕਿਹਾ ਜਿੰਨਾਂ ਕੋਲ ਆ ਚੀਜ਼ਾਂ ਹੈਗੀਆਂ ਉਹ ਠੱਗ ਨੇ ਅੱਛਾ ਇਹ ਨਹੀਂ ਵੀ ਜੇ ਬਨਾਰਸ ਵਾਲਿਆਂ ਕੋਲ ਮਾਲਾ ਤੇ ਲੋਟਾ ਹੋ ਠੱਗ ਨੇ ਤੇ ਸਾਡੇ ਵਾਲਿਆਂ ਨੂੰ ਮਾਫ ਆ ਬੋਲੋ ਜੀ ਵੀ ਉਹਨਾਂ ਦੇ ਕੋਲ ਮਾਲਾ ਹੋਵੇ ਤੇ ਉਹਨਾਂ ਕੋਲ ਲੋਟਾ ਹੋਵੇ ਤੇ ਉਹ ਠੱਗ ਨੇ ਤੇ ਸਾਡੇ ਵਾਲਿਆਂ ਨੂੰ ਸੂਟ ਦੇਤੀ ਨਾ 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 ਇਹ ਲੱਛਣ ਨੇ ਲੱਛਣਾਂ ਤੋਂ ਪਤਾ ਲੱਗਦਾ ਜਿਵੇਂ ਪੰਜਾਬ ਦੀਆਂ ਰੋਡ ਵਿੱਚ ਬੱਸਾਂ ਦੇ ਮਗਰ ਨਹੀਂ ਸੀ ਲਿਖਿਆ ਹੁੰਦਾ ਮਾੜੀ ਮਾੜੀ ਖੰਗ ਆਉਂਦੀ ਹੋਵੇ ਸਰੀਰ ਦਰਦ ਕਰਦਾ ਹੋਵੇ ਬਲਗਮ ਆਉਂਦੀ ਹੋਵੇ ਤੇ ਨੇੜਲੇ ਹਸਪੀਟਲ ਜਾ ਕੇ ਤੇ ਚੈੱਕਅਪ ਕਰਾਓ ਇਹ ਟੀਵੀ ਦੇ ਲੱਛਣ ਨੇ ਉਹ ਬਾਹੋਂ ਫੜ ਫੜ ਥੋੜਾ ਕਹਿੰਦੇ ਨੇ ਤੇਨੂੰ ਵੀ ਟੀਵੀ ਆ ਤੇਨੂੰ ਵੀ ਟੀਵੀ ਆ ਉਹਦੇ ਲੱਛਣ ਦੱਸ ਤੇ ਚੈੱਕ ਕਰਾ ਲੈ ਜੇ ਇਦਾਂ ਹੁੰਦਾ ਤੂੰ ਸਮਝ ਲੈ ਤੈਨੂੰ ਟੀਵੀ ਦੇ ਲੱਛਣ ਨੇ ਇਦਾਂ ਹੀ ਬਾਣੀ 'ਚ ਨਾ ਲੱਛਣ ਦਾ ਦਿੱਤੇ ਆ ਲਾ ਲੋ ਆਪੋ ਆਪਣੇ ਤੇ ਲਾ ਕੇ ਵੇਖ ਲੋ ਬਾਣੀ ਦੇ ਲੱਛਣ ਦੱਸ ਦਿੱਤੇ ਆ ਹੁਣ ਲਾ ਲਓ ਸਮਝ ਆ ਜਾਊਗੀ ਬਾਣੀ ਚ ਇਦਾਂ ਆਖਿਆ ਬਾਉ ਫੜ ਕੇ ਨਹੀਂ ਆਖਿਆ ਤੂੰ ਗੁਰਮੁਖਾ ਬਾਉ ਫੜ ਕੇ ਨਹੀਂ ਆਖਿਆ ਤੂੰ ਮਨਮੁਖਾ ਲੱਛਣ ਬਿਆਨ ਕਰਤੇ ਵੀ ਦੇਂਦੇ ਥਾਵੋ ਦਿੱਤਾ ਚੰਗਾ ਦੇਣ ਵਾਲੇ ਨਾਲੋਂ ਦਿੱਤੀ ਵਸਤੂ ਪਿਆਰੀ ਮਨਮੁਖ ਐਸਾ ਇਹ ਮਨਮੁਖ ਦੀ ਪਰਿਭਾਸ਼ਾ ਵਾ ਵੀ ਦੇਣ ਵਾਲੇ ਨਾਲੋਂ ਦਿੱਤੀ ਵਸਤੂ ਪਿਆਰੀ ਹੋਗੀ ਸਮਝ ਲਓ ਮਨਮੁਖਾ ਲੱਛਣ ਬਿਆਨ ਕਰਤੇ ਨਾ ਇਦਾਂ ਹੀ ਗੁਰਬਾਣੀ ਵਿੱਚ ਇਹ ਲੱਛਣ ਬਿਆਨ ਕਰਤੇ ਆ ਗੱਜ ਸਾਡੇ ਤਹਿ ਤਹਿ ਧੋਤੀਆਂ ਤੇਰੇ ਪਾਇਨ ਤਗ ਗਲਿ ਜਨਾ ਜਪ ਮਾਲੀਆਂ ਸਾਰੇ ਬੋਲੋ ਲੋਟੇ ਹੱਥ ਨੇ ਬਗ ਓਏ ਹਰ ਕੇ ਸੰਤ ਨਾ ਆਖੀਆਂ ਤੇ ਜੇ ਤੁਸੀਂ ਉੱਚੀ ਬੋਲੋਗੇ ਨਾ ਤੁਹਾਡੀ ਆਵਾਜ਼ ਮੈਕਰਾਂ ਸੰਗਤਾਂ ਘਰ ਸੁਣਣ ਗਿਆ ਤੋ ਕਹਿਣਗੇ ਵਾਕੀ ਸੰਗਤਾਂ ਹਾਜ਼ਰੀ ਭਰ ਰਹੀਆਂ ਨਹੀਂ ਤੇ ਕੱਲਾ ਮਿਰਤੇ ਇਲਜ਼ਾਮ ਲੱਗਣਾ ਵੀ ਕੱਲਾ ਹੀ ਬੋਲੀ ਜਾਣਾ ਤੂੰ ਐਸੇ ਸੰਤਨਾ ਪੜੋ ਐਸੇ ਸੰਤਨਾ ਭਾਵੇਂ ਸਮਝ ਆ ਰਹੀ ਹੈ ਨਾ ਇਦਾਂ ਦੇ ਸੰਤ ਮੈਨੂੰ ਨਹੀਂ ਚੰਗੇ ਲੱਗਦੇ ਕੌਣ ਆਂਦੇ ਭਲਾ ਕੌਣ ਆਂਦੇ ਜੀ ਉਹਨਾਂ ਦੀ ਬਾਣੀ ਕਿੱਥੇ ਲਿਖੀ ਆ ਤੇ ਸਭ ਤੋਂ ਆ ਸਭ ਤੋਂ ਪਹਿਲਾਂ ਤੁਸੀਂ ਆਣ ਕੇ ਇੱਥੇ ਕੀ ਕੀਤਾ ਭਲਾ ਤੇ ਮਤਲਬ ਵੀ ਭਗਤ ਕਬੀਰ ਜੀ ਤੁਹਾਡੀ ਇੱਕ ਇੱਕ ਗੱਲ ਨਾਲ ਅਸੀਂ ਸਹਿਮਤ ਆ ਤੇ ਐਸ ਗੱਲ ਨਾਲ ਕਿਉਂ ਨਹੀਂ ਸਹਿਮਤ ਹੁੰਦੇ ਫਿਰ ਇੱਥੇ ਪਤਾ ਕਹਿੰਦੇ ਨਹੀਂ ਨਹੀਂ ਭਗਤ ਕਬੀਰ ਨੂੰ ਭੁਲੇਖਾ ਪੈ ਗਿਆ ਨਾ ਜੇ ਕਿਤੇ ਅਜ ਵਰਗੇ ਹੁੰਦੇ ਨਾ ਜਿਹੜੇ ਅਜ ਵਰਗੀਆਂ ਜਿਹੜੇ ਹੈਗੇ ਜਿਹੜੇ ਸਾਧਾਂ ਦੇ ਚੇਲੇ ਇਹਨਾਂ ਕਹਿਣਾ ਭਗਤ ਗੁਰੂ ਅਰਜਨ ਸਾਹਿਬ ਨੂੰ ਮਹਾਰਾਜ ਆ ਇੱਕ ਸ਼ਬਦ ਵਿੱਚ ਰਹਿਣ ਦੋ ਹਾਂ ਇਹ ਸਾਡੇ ਬਾਬੇ ਦੇ ਢੁਕਦਾ ਇਹਨਾਂ ਕਹਿ ਦੋ ਨਾ ਪੱਕੀ ਗੱਲ ਆ ਤੇ ਮਹਾਰਾਜ ਜਿਵੇਂ ਕਾਨਾ ਪੀਲੂ ਸ਼ਜੂ ਸ਼ਾਹ ਸ਼ੈਨ ਭਜਾਏ ਸੀ ਨਾ ਇਦਾਂ ਭਜਾਉਣੇ ਸੀ ਤੁਹਾਨੂੰ ਪਤਾ ਕਾਨਾ ਪੀਲੂ ਸ਼ਜੂ ਸ਼ਾਹ ਸ਼ੈਨ ਚਾਰੇ ਆਏ ਸੀ ਆਪਣੀਆਂ ਲਿਖਤਾਂ ਲੈ ਕੇ ਮਹਾਰਾਜ ਕਹਿੰਦੇ ਭਾਜੋ ਪਰਵਾਹ ਨਹੀਂ ਹੋਣੀਆਂ ਇੱਥੇ ਸਿਰਫ ਉਸ ਧਾਤ ਇਸ ਮਹਾਨ ਖਜ਼ਾਨੇ 'ਚ ਦਰਜ ਹੋਏਗਾ ਜਿਹੜਾ ਸੱਚ ਦੀ कसोटी ਤੇ ਖਰਾ ਉਤਰੇਗਾ ਯਾ ਸੱਚ ਸੁਣ ਦੀ ਹਿੰਮਤ ਰੱਖੋ ਆਪਣੇ ਅੰਦਰ ਜੇ ਤੁਸੀਂ ਕਿਸੇ ਪਖੰਡੀ ਨੂੰ ਮੰਨਦੇ ਰਹਿ ਜੇ ਤੇ ਐਡਮਿਟ ਕਰ ਲਓ ਮੇਰੇ ਕੋਲੋ ਗੁਨਾਹ ਹੋ ਗਿਆ ਐਵੇਂ ਲਕੀਰ ਦੇ ਫਕੀਰ ਹੋ ਕੇ ਆਪਣੇ ਪਰਿਵਾਰਾਂ ਦਾ ਨੁਕਸਾਨ ਤੇ ਨਾ ਨਾ ਕਰਾਓ ਆ ਤੁਹਾਡੇ ਸਾਹਮਣੇ ਬਾਣੀ ਚ ਲਿਖਿਆ ਐਸੇ ਸੰਤ ਨਾ ਮੋਕੋ ਭਾਵੇਂ ਦਾਲਾ ਸਿਉ ਹੁਣ ਦਾਲਾ ਸਿਉ ਪੇਡਾ ਗੜਕਾਵੇਂ ਅੱਛਾ ਜਿਹੜੇ ਟਾਣੀਆਂ ਨਹੀਂ ਖਾਂਦੇ ਸਬੂਤਾ ਰੋਖ ਹੀ ਖਾ ਜਾਂਦੇ ਆ ਜਿਹੜੇ ਟਾਣੀਆਂ ਨਹੀਂ ਖਾਂਦੇ ਬੋਲੋ ਭਾਈ ਜਿਹੜੇ ਟਾਣੀਆਂ ਨਹੀਂ ਖਾਂਦੇ ਸਬੂਤਾ ਜਾਨੀ ਕਿ ਕੱਲਾ ਕੱਲਾ ਬੰਦਾ ਨਹੀਂ ਖਾਂਦੇ ਸਬੂਤਾ ਟੱਬਰ ਹੀ ਨਿਕਲ ਜਾਂਦੇ ਮੁਰਕੇ ਟੱਬਰ ਹੀ ਲੱਭਦਾ ਉਹਨਾਂ ਦਾ ਪਰਿਵਾਰੀ ਨ ਲਬਦਾ ਐਸੇ ਸੰਤਨਾਂ ਨੂੰ ਕੋਪਾਂਵੇਂ ਫਿਰ ਇਹੋ ਜਿਹਾ ਪਖੰਡ ਕਹੇ ਤੇ ਘਰ ਜਾ ਕੇ ਇਦਾਂ ਵੀ ਕਰਦੇ ਬਸੁਦਾ ਖੋਦ ਕਰੈੰਦੋਏ ਚੂਲੇ ਧਰਤੀ ਪੁੱਟ ਪੁੱਟ ਕੇ ਨਾ ਚੁੱਲੇ ਬਣਾਉਂਦੇ ਆ ਸਾਰੇ ਮਾਨਸ ਖਾਵੇਂ ਅੱਛਾ ਉਦਾਂ ਚੁੱਲਾ ਆਪਣਾ ਆ ਬਣਾਉਣਾ ਵਾ ਉਦਾਂ 2 ਨੰਬਰ ਦੀ ਕਮਾਈ ਖਾਈ ਜਾਣੀ ਆ ਉਹਦਾ ਠੱਗੀਆਂ ਬੇਈਮਾਨੀਆਂ ਲੁੱਟਖਸੁੱਟ ਕਰੀ ਜਾਣੀ ਪਰ ਚੁੱਲਾ ਆਪਣਾ ਆ ਬਣਾਉਣਾ ਬਸੁਦਾ ਖੋਦ ਕਰੈ ਦੋਏ ਚੂਲੇ ਸਾਰੇ ਮਾਂ ਸਖਾਵੈ ਬਸ ਨ ਮਾਂਜ ਚਰਾਵੈ ਉਪਰ ਅੱਛਾ ਜਦੋਂ ਧਰਤੀ ਚ ਟੋਆ ਪੁੱਟ ਕੇ ਫਿਰ ਭਾਂਡੇ ਧੋਤ ਹੋ ਕੇ ਉਤੇ ਲਾਉਂਦੇ ਆ ਅੱਛਾ ਉਦਾਂ ਸਭ ਕੋਈ ਠਗੀਆਂ ਖਾਈ ਜਾਣੀਆਂ ਬਈ ਅੱਛਾ ਉਦਾਂ ਕੇ ਤੇਰੇ ਹੱਥਾਂ ਨੇ ਖਾਣਾ ਤੂੰ ਅਮਰਤ ਨਹੀਂ ਛਕਿਆ ਡਾਲਰ ਉਹਦੇ ਜੇਬ ਚ ਪਾ ਲੈਣੇ ਪੈਸੇ ਉਹਦੇ ਜੇਬ ਚ ਪਾ ਲੈਣੇ ਉਦੋਂ ਨੇ ਕਹਿਣਾ ਵੀ ਤੇ ਤੂੰ ਤੇ ਤੂੰ ਤੇ ਭਾਈ ਕਲੀਨ ਛੇਪਾਂ ਤੂੰ ਤੇ ਖੰਡੇ ਦੀ ਫੌਲ ਨਹੀਂ ਲਈ ਉਦੋਂ ਤੇ ਹਦਾਇਦਾ ਚੱਗਾ ਜਾ ਕੇ ਕਰ ਦੇਣਾ ਉਹ ਬੋਲੋ ਗੁਰੂ ਕੇ ਪਿਆਰਿਓ ਉਦੋਂ ਨੇ ਕਹਿਣਾ ਉਹਨੂੰ ਨਾ 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 ਇੱਥੇ ਸਿੱਖ ਲੋਤੇ ਆ ਗੁਰਮਤ ਨਹੀਂ ਹੈਗੀ ਇਹ ਸਾਰਾ ਦਿਨ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਪ੍ਰਚਾਰ ਕਰਦੇ ਹੋਣਗੇ ਤੇ ਸ਼ਾਮਾਂ ਨੂੰ ਕਹਿੰਦੇ ਹੋਣਗੇ ਮਰਦਾਨਾ ਜੀ ਥੋੜਾ ਜਿਹਾ ਪਰਾਂ ਹੋ ਕੇ ਪ੍ਰਸ਼ਾਦਾ ਛਕ ਮੇਰੇ ਲਾਗੇ ਨਖ ਲੋ ਉਹ ਤੇ ਕਹਿੰਦੇ ਆ ਯਾਰ ਕੱਠੇ ਵਹਿ ਗਏ ਪ੍ਰਸ਼ਾਦਾ ਛਕਦੇ ਆਪਾਂ ਤੂੰ ਮੇਰਾ ਭਰਾ ਵਾ ਭਾਈ ਮਰਦਾਨਾ ਇੱਕ 바ਬਾ ਅਕਾਲ ਰੂਪ ਦੁਜਾ ਰਬਾ ਵੀ ਮਰਦਾਨਾ ਗੁਰੂ ਸਾਹਿਬ ਤੇ ਪਿਆਰ ਕੀਤਾ ਹੋਊਗਾ ਕਿੰਨਾ ਪਿਆਰ ਦਿੱਤਾ ਹੋਊਗਾ ਕਿੰਨਾ ਸਨੇਹ ਕੀਤਾ ਹੋਊਗਾ ਧੰਨ ਗੁਰਨਾਨ ਸਿੰਘ ਮਹਾਰਾਜ ਜੀ ਨੇ ਹੁਣ ਇੱਕ ਤੇ ਡੈਫੀਨੇਸ਼ਨ ਆਉਗੀ ਸੰਤ ਦੀ ਆ ਦੂਜੀ ਸੁਣ ਲਓ ਹੁਣ ਭਾਗ ਹੋਆ ਗੁਰ ਗੁਰਦੇਰਾਂ ਨੂੰ ਸਹਾਰੀ ਉਤੇ ਪਾਗ ਹੋਆ ਗੁਰਸੰਤ ਮਿਲਾਇਆ ਵੱਡੇ ਭਾਗ ਜਾ ਕੇ ਮੇਰੇ ਗੁਰੂ ਨੇ ਗੋਰਨ ਨੇ ਗੁਰੂ ਨੇ ਮੈਨੂੰ ਸੰਤ ਮਿਲਾਤਾ ਕਿਹੜਾ ਸੰਤ ਪਲਾ ਪ੍ਰਭ ਆਬੇ ਨਾਸੀ ਅਗਲੀ ਤੋਕ ਵਿੱਚ ਕਲੀਅਰ ਹੋ ਗਿਆ ਨਾ ਵੀ ਪ੍ਰਭੂ ਸੰਤ ਮੈਨੂੰ ਮਿਲਾਤਾ ਕਹਿੰਨੇ ਮੇਰੇ ਗੁਰੂ ਨੇ ਦੂਜਾ ਸੰਤ ਆ ਗਿਆ ਪਹਿਲਾ ਆ ਗਿਆ ਪਖੰਡ ਵਾਲਾ ਗੱਜ ਸਾਢੇ ਤਿੰਨ ਤੇ ਤੋਤੀਆਂ ਇਹ ਦੂਜੇ ਅਰਥ ਵੱਖਰੇ ਹੋਵੇ ਨਾ ਪਾਗ ਹੋਆ ਪਰਾਵੇ ਅਬਨਾਸ਼ੀ ਲਓ ਤੀਜੇਰ ਸੋਰ ਸੁਣ ਲਓ ਸੰਤਾ ਮਾਨੋ ਦੂਤਾ ਦਾਨੋ ਇਹ ਵੀ ਭਗਤ ਕਬੀਰ ਜੀ ਆਹ ਕਟਵਾਰੀ ਮੇਰੀ ਦੇਵ ਸਰਣ ਤੇਰੇ ਪਾਉ ਪਲੋਸੋ ਕੇਸ ਜਵਰ ਕਰ ਫੇਰ ਸੰਤਾਂ ਅચ્છਾ ਭਗਤ ਕਬੀਰ ਜੀ ਇੱਕ ਥਾਂ ਤੇ ਆਂਦੇ ਗੱਜ 3.5 ਤੇ ਤੋਤੀਆਂ ਐਸੀ ਸੰਤਾਂ ਨੂੰ ਮੋਕੂ ਭਾਵੇਂ ਇੱਥਿਆਂ ਦੇ ਸੰਤਾਂ ਨੂੰ ਮੰਨੋ ਪਰ ਇਥੇ ਸੰਤ ਦੇ ਅਰਥ ਉਹ ਨਹੀਂ ਹੈਗੇ ਕਿਹੜੇ ਆ ਤੁਹਾਡੇ ਉੱਤੇ ਸਾਹਮਣੇ ਆ ਰਹੇ ਆ ਇੱਥੇ ਸੰਤਾਂ ਦਾ ਅਰਥ ਕੀ ਹੈ ਸੰਤਾਂ ਮਾਨੋ ਦੇਵੀ ਗੁਣਾ ਨੂੰ ਸੰਤਾਂ ਕਿਹਾ ਥੇ ਸਤ ਸੰਤੋਖ ਦਇਆ ਧਰਮ ਧੀਰਜ ਇਹ ਜਿਹੜੇ ਸੰਤ ਦੇਵੀ ਗੁਣ ਆ ਨਾ ਉੱਤੇ ਸਕਰੀਨ ਤੇ ਪੜ੍ਹ ਲਓ ਨਾਲ ਨਾਲ ਇੱਕ ਵਾਰ ਭਲੇ ਗੁਣ ਦੇਵੀ ਗੁਣ ਇਹ ਦੇਵੀ ਗੁਣ ਸੰਤ ਵਾ ਇਹਨਾਂ ਨੂੰ ਮੰਨੋ ਅੱਛਾ ਆ ਸੰਤਾਂ ਨੂੰ ਮੰਨੋ ਹ ਸਾਰੇ ਆਹ ਰਲ ਕੇ ਮੰਨੀਏ ਇਹ ਮੰਨੋਗੇ ਤੇ ਘਰ ਸਵਰਗ ਬਣ ਜੂ ਬਾਣੀ ਆਂਦੀ ਸੰਤਾਂ ਨੂੰ ਮੰਨੋ ਪਰ ਇਹਨਾਂ ਸੰਤਾਂ ਨੂੰ ਮੰਨੋ ਸੰਤਾ ਮਾਨੋ ਦੂਤਾ ਦਾ ਨੋ ਦੂਤਾ ਨੂੰ ਭਜਾ ਦਿਓ ਤੇ ਸੰਤਾਂ ਨੂੰ ਮੰਨੋ ਪਰ ਆਹ ਸੰਤ ਕਿਹੜੇ ਜਿਹੜੇ ਸਤ ਸੰਤੋਖ ਦਇਆ ਧਰਮ ਧੀਰਜ ਭਲੇ ਗੁਣ ਪਰਮੇਸ਼ਰ ਦੇ ਜਿਹੜੇ ਤੁਹਾਡੇ ਅੰਦਰ ਪਾਏ ਹੋਏ ਆ ਇਹਨਾਂ ਨੂੰ ਮੰਨੋ ਰਾਜ ਰਾਜ ਮੰਨੋ ਇਹਨਾਂ ਨੂੰ ਜਿਹਾ ਆਖੋ ਤੇ ਨਰਥ ਹੋ ਗਏ ਨਾ ਪਹਿਲਾਂ ਗੱਜ ਸਾਢੇ 3 ਤੇ ਤੋਤੀਆਂ ਪਖੰਡ ਹੋ ਗਿਆ ਭਾਗ ਹੋ ਆ ਗੁਰ ਰਾਬਲੀ ਆ ਗਿਆ ਇਹ ਭਲੇ ਗੁਣਾਂ ਲਈ ਆ ਗਿਆ ਹੋ ਗਏ ਨਾ ਲਓ ਜੀ ਅੱਛਾ ਹੁਣ ਹੁਣ ਸਮੱਸਿਆ ਇੱਥੇ ਖੜੀ ਹੋ ਗਈ ਹੁਣ ਜਿਨ੍ਹਾਂ ਦੇ ਕੋਲ ਗੜਵੇ ਸੀ ਮਾਲਾ ਸੀ ਉਹਨਾਂ ਨੂੰ ਤਾਂ ਪਖੰਡੀ ਆਖਿਆ ਮਹਾਰਾਜ ਨੇ ਤੇ ਅੱਜ ਜਿਨ੍ਹਾਂ ਨੂੰ ਅਸੀਂ ਬਾਬੇ ਕਹਿੰਦੇ ਆ ਉਹਨਾਂ ਕੋਲ ਕੀ ਆ ਭਲਾ ਉੱਚੀ ਬੋਲੋ ਪਾਈ ਉਹਨਾਂ ਦੇ ਨਾਲ ਗੜਵਈ ਹੁੰਦੇ ਆ ਕਿ ਨਹੀਂ ਹੁੰਦੇ ਜੀ ਉਹ ਬੋਲੋ ਗੁਰੂ ਕੇ ਪਿਆਰਿਓ ਹੁੰਦੇ ਆ ਕਿ ਨਹੀਂ ਹੁੰਦੇ ਜੀ ਗੜਵੇ ਵਾਲਾ ਵੱਖਰਾ ਹੁੰਦਾ ਕਿ ਨਹੀਂ ਹੁੰਦਾ ਬਾਬਾ ਜੀ ਕੋਲ ਮਾਲਾ ਹੁੰਦੀ ਆ ਕਿ ਨਹੀਂ ਹੁੰਦੀ ਉਹ ਬੋਲੋ ਗੁਰੂ ਕੇ ਪਿਆਰਿਓ ਹੁੰਦੀ ਆ ਨਾ ਫਿਰ ਆ ਸ਼ਬਦ ਬਾਬੇ ਕਬੀਰ ਜੀ ਦਾ ਢੁਕਦਾ ਕਿ ਨਹੀਂ ਢੁਕਦਾ ਜੀ ਢੁਕਦਾ ਹੈ ਨਾ ਦੱਸੋ ਫਿਰ ਇਹ ਸਾਡਾ ਗੁਨਾਹ ਕੀ ਹੈ ਖਲੋਤੇ ਕਿੱਥੇ ਅਸੀਂ ਹੁਣ ਹਜ਼ੂਰ ਇੱਥੇ ਕਿੱਡੀ ਪਿਆਰੀ ਗੱਲ ਕਰਦੇ ਹੁਣ ਇਹ ਤੋਂ ਅੱਗੇ ਵੀ ਚੱਲ ਜਾਓ ਆਪਾਂ ਸੂਣੀ ਸਰਦੀ ਬਣਦਾ ਪਾਠ ਵੀ ਕਰਦੇ ਆ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਹੁਣ ਇਥੇ ਸੰਤ ਕੀ ਆ ਕੋਈ ਇਨਸਾਨ ਦੀ ਗੱਲ ਕਰ ਰਹੇ ਮਹਾਰਾਜ ਨਹੀਂ ਇਥੇ ਸੰਤ ਗੁਰੂ ਦੀ ਗੱਲ ਹੋ ਰਹੀ ਹੈ ਸੰਤ ਗੁਰੂ ਸੰਤ ਪਰਮਾਤਮਾ ਅਕਾਲ ਉਹਦੀ ਸ਼ਰਨ ਕਿਉਂਕਿ ਸਾਨੂੰ ਸ਼ਰਨ ਜਦੋਂ ਸ਼ਰਨ ਦੀ ਗੱਲ ਆਉਂਦੀ ਹੈ ਤੇ ਸ਼ਰਨ ਪਰਮਾਤਮਾ ਦੀ ਸ਼ਰਨ ਵਿੱਚ ਹੀ ਸਾਨੂੰ ਭੇਜਦੇ ਆ ਕਿਸੇ ਇਨਸਾਨ ਦੀ ਸ਼ਰਨ ਵਿੱਚ ਮਹਾਰਾਜ ਕਦੀ ਜਿਹੜੇ ਖੁਦ ਬਾਣੀ 'ਚ ਕਹਿੰਦੇ ਹੋ ਮਾਨੁਕੀ ਟੇਕ ਵਿਰਤੀ ਸਭ ਜਾਨ ਦੇਵਨ ਕੋ ਏਕੇ ਭਗਵਾਨ ਉਹ ਕਿਸੇ ਮਨੁੱਖ ਦੇ ਪਰਾਂ ਸਾਨੂੰ ਕਦੀ ਨਹੀਂ ਬਿਠਾਉਣਗੇ ਮਹਾਰਾਜ ਜਿਹੜੇ ਆਪਣੀ ਬਾਣੀ 'ਚ ਇਹ ਕਹਿੰਦੇ ਹੋਣ ਬਿ ਜਿਸਮਾ ਨੁਖ ਭੈ ਕਰੋ ਬੇਨੰਤੀ ਸੋ ਆਪਣੇ ਦੋਖ ਪਰਿਆ ਉਹ ਕਿਸੇ ਮਨੁੱਖ ਦੇ ਪੈਰਾਂ 'ਚ ਸਾਨੂੰ ਕਿਉਂ ਬਿਠਾਉਣਗੇ ਉਹ ਤਾਂ ਸਾਨੂੰ ਉਸ ਸੰਤ ਦੇ ਪੈਰਾਂ 'ਚ ਬਿਠਾਉਣਗੇ ਜਿਹੜਾ ਜੰਮਣ ਮਰਨ ਤੋਂ ਰਹਿਤ ਹੈ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਹੁਣ ਸੰਤ ਗੁਰੂ ਦੀ ਨਿੰਦਿਆ ਕੀ ਹੈ ਪ੍ਰਮਾਤਮਾ ਗੁਰੂ ਦੀ ਨਿੰਦਿਆ ਕੀ ਹੈ ਗੁਰੂ ਦੀ ਗੱਲ ਨੂੰ ਇਗਨੋਰ ਕਰਨਾ ਇਹ ਨਿੰਦਿਆ ਹੈ ਕਈ ਵਾਰੀ ਕਈ ਬੱਚੇ ਆਪਣੀ ਜ਼ਿੰਦਗੀ 'ਚ ਆਪਣੇ ਮਾਪੇ ਦੇ ਅੱਗੇ ਬੋਲਦੇ ਵੀ ਨਹੀਂ ਪਰ ਆਪਣੇ ਮਾਪੇ ਦੀ ਗੱਲ ਮੰਨਦੇ ਵੀ ਨਹੀਂ ਉਹ ਨਾ ਮੰਨਣਾ ਵੀ ਆਪਣੇ ਮਾਪੇ ਦਾ ਨਰਾਦਰ ਹੀ ਹੁੰਦਾ ਹੈ ਤੇ ਬੋਲਣਾ ਵੀ ਨਹੀਂ ਤੇ ਮਾਪੇ ਦੀ ਗੱਲ ਨੂੰ ਨਾ ਮੰਨਣਾ ਵੀ ਗੁਰੂ ਦੀ ਨਿੰਦਿਆ ਹੈ ਵੀ ਜਾਓ ਮਹਾਰਾਜ ਮੈਂ ਨਹੀਂ ਮੰਨਦਾ ਤੁਹਾਡਾ ਮੈਂ ਤੁਹਾਡੀ ਗੱਲ ਦੀ ਪਰਵਾਹ ਨਹੀਂ ਕਰਦਾ ਹੁਣ ਇਥੇ ਪਾਤਸ਼ਾਹ ਜੀ ਕਹਿੰਦੇ ਨੇ ਐਸੀ ਕਿਰਪਾ ਮੋਹੇ ਕਰੋ ਇਦਾਂ ਦੀ ਮੇਰੇ ਤੇ ਕਿਰਪਾ ਕਰ ਦੋ ਵੀ ਸੰਤਾਂ ਦਾ ਚਰਨ ਹੋਵੇ ਤੇ ਮੇਰਾ ਮੱਥਾ ਹੋਵੇ ਤੇ ਇਥੇ ਸੰਤ ਕੌਣ ਹੋਇਆ ਫਿਰ ਸੰਤ ਹੋਇਆ ਇਹ ਵੀ ਬਾਣੀ ਚ ਪੜ੍ਹ ਲਓ ਸੰਤ ਗੁਰੂ ਪ੍ਰਮਾਤਮਾ ਅਕਾਲ ਪੁਰਖ ਤੇ ਉਹਦੇ ਚਰਨ ਕੀ ਹੋਏ ਹਿਰਦੈ ਚਰਣਾ ਸ਼ਬਦ ਸਾਥ ਗੁਰੂ ਕੋ ਸਾਰੇ ਬੋਲੋ ਹਿਰਦੈ ਚਰਣਾ ਸ਼ਬਦ ਸਤਗੁਰ ਕੋ ਹਿਰਦੇ ਵਿੱਚ ਚਰਨ ਗੁਰੂ ਦਾ ਸ਼ਬਦ ਗੁਰੂ ਦਾ ਸ਼ਬਦ ਹੀ ਮੇਰੇ ਵਾਸਤੇ ਗੁਰੂ ਦੇ ਚਰਨ ਨੇ ਜਾਣ ਕੇ ਜਦੋਂ ਮੇਰੇ ਮਨ ਵਿੱਚ ਗੁਰੂ ਦਾ ਸ਼ਬਦ ਵਸਦਾ ਤੇ ਪ੍ਰਮਾਤਮਾ ਦੇ ਚਰਨ ਮੇਰੇ ਹਿਰਦੇ 'ਚ ਵਸ ਜਾਂਦੇ ਅੱਛਾ ਪ੍ਰਮਾਤਮਾ ਤੇ ਨਿਰਆਕਾਰ ਹੈ ਉਹ ਤੇ ਸਹਸ ਤਵ ਨੈਨ ਨ ਨੈਨ ਹੈ ਤੋਏ ਕੋ ਉਹ ਤੇ ਨਿਰਗੁਣ ਕਰਕੇ ਉਹਦਾ ਇੱਕ ਵੀ ਰੂਪ ਨਹੀਂ ਇੱਕ ਵੀ ਅੱਖ ਨਹੀਂ ਇੱਕ ਵੀ ਨੱਕ ਨਹੀਂ ਇੱਕ ਵੀ ਚਰਨ ਨਹੀਂ ਤੇ ਸਰਗੁਣ ਕਰਕੇ ਸਾਰੇ ਚਰਨ ਉਹਦੇ ਆ ਸਾਰਾ ਕੁਝ ਹੀ ਉਹਦਾ ਕਦੀ ਕਦੀ ਆਪਣੇ ਬਜ਼ੁਰਗਾਂ ਨੂੰ ਕਹਿਣਾ ਆਹ ਬਾਪੂ ਮੈਂ ਤੇਰੇ ਸਿਰ 'ਤੇ ਤੇਲ ਲਾਵਾਂ ਆਹ ਤੇਰੇ ਤੇਰਾ ਮੈਂ ਇਸ਼ਨਾਨ ਕਰਾਵਾਂ ਇਹ ਫੀਲਿੰਗ ਲੈ ਕੇ ਕਰਾਂ ਹਾਂ ਕਿ ਮੈਂ ਕਿਸੇ ਮਹਾਂਪੁਰਖ ਦੇ ਇਸ਼ਨਾਨ ਕਰਾ ਰਿਹਾ ਕਿਤੇ ਟਾਈਫਾਇਡ ਹੋਇਆ ਹੋਵੇ ਮਲੇਰੀਆ ਹੋਵੇ ਕਿਵਰੀ ਵੱਡੇ ਕਹਿੰਦੇ ਨਹੀਂ ਆ ਧਮੜ ਯਾਰ ਲੱਤਾ ਹੀ ਨਫਦੇ ਮੇਰੀਆਂ ਉੱਥੇ ਟਾਈਮ ਹੈ ਨਹੀਂ ਪਖੰਡੀਆਂ ਦੇ ਪਿੱਛੇ ਪੱਖੀਆਂ ਲੈ ਕੇ ਤੁਰੇ ਫਿਰਨਾ ਉੱਥੇ ਏਸੀ ਵਿੱਚ ਵੀ ਪੱਖੀਆਂ ਚੱਲੀ ਜਾਂਦੇ ਕਈ ਹੁਣ ਸਤਗੁਰੂ ਜੀ ਇੱਥੇ ਕੀ ਸਮਝਾਉਂਦੇ ਨੇ ਸੰਤਾਂ ਚਰਨ ਹਮਾਰੋ ਮਾਥਾ ਸੰਤਾਂ ਦਾ ਸੰਤਾਂ ਦੇ ਚਰਨ ਹੋਣ ਤੇ ਮੱਥਾ ਮੇਰਾ ਹੋਵੇ ਜਾਨੀ ਕਿ ਗੁਰੂ ਦਾ ਸ਼ਬਦ ਚਰਨ ਹੈ ਮੈਂ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਹੈ ਚਰਨ ਸਾਧ ਕੇ ਬੋਲੋ ਸਾਰੇ ਚਰਨ ਸਾਧ ਕੇ ਅਰਪ ਸਾਧ ਕੋ ਚਰਨ ਸਾਧ ਕੇ ਸਾਧ ਹੁਣ ਹੁਣ ਜਿਹੜਾ ਕੇ ਸ਼ਬਦ ਆ ਗਿਆ ਨਾ ਉਹਨੇ ਸਾਧ ਦੇ ਧੱਦੇ ਦਾ ਉਂਗਲ ਉਡਾਤਾ ਕੋਈ ਸਮਝ ਨਹੀਂ ਹੋਣ ਕਾ ਕਿ ਔਕੜ ਉੜ ਗਿਆ ਗੱਲ ਇੱਕਵਚਨੀ ਹੈ ਸਾਧ ਗੁਰੂ ਹੈ ਸਾਧੂ ਗੁਰੂ ਦੇ ਚਰਨ ਮੈਂ ਧੋ ਆਉਣਾ ਆਪਾ ਕੀ ਕਰ ਰਹੇ ਆ ਆਪਣੇ ਗੁਰੂ ਦੇ ਚਰਨ ਧੋ ਕੇ ਪੀ ਰਹੇ ਹਾਂ ਤੰਨਾ ਰਾਹੀ ਕੀਰਤਨ ਦੇ ਰੂਪ ਚੋਂ ਪਾਠ ਦੇ ਰੂਪ ਚੋਂ ਵਿਆਖਿਆ ਦੇ ਰੂਪ ਚ ਜੇ ਕਿਤੇ ਇਹ ਚਰਨ ਗੁਰੂ ਦੀ ਸਿੱਖਿਆ ਮੇਰੇ ਅੰਦਰ ਵਸ ਗਈ ਇੱਕ ਅੱਧੀ ਗੱਲ ਮੈਨੂੰ ਸਮਝ ਆ ਗਈ ਤੇ ਮੈਂ ਮਾੜਾ ਕੰਮ ਆਪਣੀ ਜ਼ਿੰਦਗੀ ਚ ਛੱਡਦਾ ਸਮਝ ਲਓ ਗੁਰੂ ਦੇ ਚਰਨਾਂ ਨੇ ਮੇਰੀ ਮੈਲ ਧੋ ਦਿੱਤੀ ਚਰਨ ਸਾਧ ਕੇ ਅਰਪਸਾਦ ਕੋ ਅੱਛਾ ਇਹਨਾਂ ਤੁਕਾਂ ਦਾ ਬੈਨੀਫਿਟ ਕਿਹਨਾਂ ਨੇ ਲਿਆ ਭਲਾ ਦੇਹਧਾਰੀਆਂ ਨੇ ਉਹ ਘਰਾਂ ਚ ਗਏ ਬਾਬਾ ਜੀ ਨੂੰ ਉੱਪਰ ਬਿਠਾਇਆ ਸੋਫੇ ਤੇ ਬਾਟੇ ਵਿੱਚ ਉਹਨਾਂ ਦੇ ਪੈਰ ਪਾਏ ਪਰਿਵਾਰ ਦੇ ਜੀ ਮਲਮਲ ਕੇ ਉਹਨਾਂ ਦੇ ਪੈਰ ਧੋਣ ਲੱਗ ਪਏ ਤੇ ਕਈ ਧੋਕੇ ਮੁੜ ਕੇ ਫਿਰ ਉਹ ਉਹ ਬਿਸ਼ਰਮਾ ਦੀ ਤਰ੍ਹਾਂ ਪੀਂਦੇ ਵੀ ਨੇ ਉਹਦਾ ਘਰਾਂ ਚ ਫਿਲਟਰ ਲਵਾਏ ਨੇ 에ਰੋ ਲਵਾਏ ਨੇ ਵੀ ਜਵਾਕ ਉਹਨਾਂ ਨੂੰ ਵੇਂਦੇ ਨੇ ਮੁੜ ਕੇ ਪੁੱਛਦਾ ਬਾਬਾ ਜੀ ਸਿੱਖੀ ਨਾ ਸਾਡੇ ਬੱਚੇ ਨਹੀਂ ਜੁੜਦੇ ਹਾ ਜਿਹੜੀ ਤੁਸੀਂ ਦੇ ਰਹੇ ਸਿੱਖੀ ਥੋੜਾ ਹੈਗੀ ਹੈ ਜਦੋਂ ਸਿੱਖੀ ਦੱਸੋਗੇ ਬੱਚਾ ਜੁੜੂਗਾ ਉਹ ਤੇ ਮਾਣ ਮਹਿਸੂਸ ਕਰੂਗਾ ਗੁਰੂ ਗ੍ਰੰਥ ਸਾਹਿਬ ਦੀ ਤਾਬੇ ਬੈਣ ਚ ਤੁਸੀਂ ਪਖੰਡ ਨੂੰ ਸਿੱਖੀ ਕਹੀ ਜਾਂਦੇ ਜੇ ਪਖੰਡ ਸਿੱਖੀ ਥੋੜਾ ਨਾ 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 ਬਿਲਕੁਲ ਨਹੀਂ ਸਿੱਖੀ ਤੇ ਐਡੀ ਸੌਖੀ ਸੀ ਮੈਂ ਪਹਿਲੇ ਦੀਵਾਨ ਚ ਇਹ ਗੱਲ ਕਹੀ ਸੀ ਵੀ ਜੇ ਰਾਜ ਸਲਾਮ ਦਾ ਹੋਵੇ ਤੇ ਉਸ ਵਕਤ ਦੇ ਗਵਰਨਰਸ ਸਿੱਖੀ ਤੋਂ ਪ੍ਰਭਾਵਿਤ ਹੋ ਗਏ ਇਸ ਬੰਨੇ ਆ ਕੇ ਦੂਜਿਆਂ ਮਤਾਂ ਦੇ ਪ੍ਰਚਾਰਕ ਪ੍ਰਭਾਵਿਤ ਹੋ ਕੇ ਆਜੇ ਤੇ ਅੱਜ ਸਾਡਾ ਬੱਚਾ ਨਹੀਂ ਇਸ ਬੰਨੇ ਆ ਰਿਹਾ ਕਿਉਂਕਿ ਤੁਸੀਂ ਸਿੱਖੀ ਦੇ ਨਾਂ ਤੇ ਪਖੰਡ ਦੇ ਰਹੇ ਜੀ ਉਹਨਾਂ ਨੂੰ ਜਦੋਂ ਸਿੱਖੀ ਸਮਝਾ ਦਿਓਗੇ ਤੁਹਾਡੀਆਂ ਧੀਆਂ ਇਸ ਕੰਟਰੀ ਦੀ ਬੌਰਨ ਤੁਹਾਡੇ ਬੱਚੇ ਇਸ ਇਸ ਕੰਟਰੀ ਦੇ ਜੰਪਲ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠਣ ਚ ਮਾਣ ਮਹਿਸੂਸ ਕਰਨਗੇ ਜਦੋਂ ਤੁਸੀਂ ਬਾਣੀ ਸਮਝਾਤੀ ਬਾਣੀ ਕਹਿੰਦੀ ਕੀ ਹੈ ਤੁਹਾਡਾ ਬੱਚਾ ਅਫਸਰ ਬਣੇ ਉੱਚੇ ਅਹੁਦੇ ਤੇ ਜਾਏ ਉਹਨੂੰ ਸਮਝਾਓ ਪੁੱਤ ਬਾਣੀ ਤੇ ਰਾਹੀ ਬੜਾ ਸੁਖਾ ਹੈ ਇਹ ਤਾਂ ਬੜਾ ਸੌਖਾ ਸਿਧਾਂਤ ਮਹਾਰਾਜ ਨੇ ਬਖਸ਼ਿਸ਼ ਕੀਤਾ ਪਖੰਡੀਆਂ ਕੋ ਜਾਂਦੇ ਨੇ ਕਰਮਾਂ ਬਾਬ ਤਰਸਦੇ ਫਿਰਦੇ ਨੇ ਬਜ਼ੁਰਗ ਰੋਲਦੇ ਫਿਰਦੇ ਨੇ ਦੇਹਾਂ ਦੀ ਅਸੀਂ ਪੂਜਾ ਕਰਦੇ ਫਿਰਦੇ ਆ ਪਖੰਡੀਆਂ ਦੀਆਂ ਅਸੀਂ ਚੌਂਕੀਆਂ ਭਰਦੇ ਫਿਰਦੇ ਆ ਕੋ ਕਿਤੇ ਸਪੈਸ਼ਲ ਕਈ ਵਿਦੇਸ਼ਾਂ ਚੋਂ ਯਾਤਰਾ ਲੈ ਲੈ ਕੇ ਦੇਹ ਧਾਰੀਆਂ ਦੇ ਡੇਰਿਆਂ ਦੀ ਖਾਕ ਛਾਣ ਕੇ ਤੇ ਵਾਪਸ ਮੁੜ ਆਉਂਦੇ ਨੇ ਪਤਾ ਨਹੀਂ ਫਿਰਦਾਨੀ ਬਲੁੰਦਲੇ ਜਾਂਦਾ ਜਦੋਂ ਫਤੇਗੜ ਸਾਹਿਬ ਦੇ ਲੱਗ ਹੁੰਦੀ ਲੰਘਦੇ ਨੇ ਚਮਕੌਰ ਸਾਹਿਬ ਦੇ ਲੱਗ ਹੁੰਦੀ ਲੰਘਦੇ ਨੇ ਉਦੋਂ ਦਾ ਸਹਬ ਜਿਆਦੇ ਵੀ ਕਹਿੰਦੇ ਹੋਣੇ ਬਾਪੂ ਇਹਨਾਂ ਲਈ ਸਾਡਾ ਸੰਸਕਾਰ ਵੀ ਨਹੀਂ ਕੀਤਾ ਸਾਡਾ ਇਨਾ ਬਦਲੇ ਸਾਡੀ ਦੇਹ ਨੂੰ ਸਾਂਭ ਵੀ ਨਾ ਸਕਿਆ ਅੱਗੇ ਚਲਾ ਗਿਆ ਜਿਨ੍ਹਾਂ ਆਖਿਆ ਸੀ ਇਹਨੂੰ ਪੁੱਤਰਨ ਕੇ ਸੀਸ ਪਰ ਵਾਰ दिए ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਕਰਾਂ ਚ ਦੇਹ ਧਾਰੀਆਂ ਦੀਆਂ ਫੋਟੋਆਂ ਲੱਗੀਆਂ ਨੇ ਬਾਣੀ ਦੀ ਪੋਥੀ ਲੱਭੇ ਨਾ ਲੱਭੇ ਕਈਆਂ ਨੇ ਦੇਹ ਕਈਆਂ ਨੇ ਮਰਿਆਂ ਬਾਬਿਆਂ ਦੀਆਂ ਪੈਰਾਂ ਦੀਆਂ ਫੋਟੋਆਂ ਲਵਾ ਲਵਾ ਕੇ ਕਰਜ ਰੱਖੀਆਂ ਨੇ ਇਹੋ ਜਿਹੇ ਵੀ ਲੋਕ ਹੈਗੇ ਨੇ ਅੰਦਾਜ਼ਾ ਲਾਓ ਤੁਸੀਂ ਅਸੀਂ ਖਲੋਤੇ ਕਿੱਥੇ ਆ ਕਿਥੇ ਸਿੱਖ ਦੇ ਘਰ ਚ ਬਾਣੀ ਦੀਆਂ ਪੋਥੀਆਂ ਚਾਹੀਦੀਆਂ ਸੀ ਸਿੱਖ ਗੁਰਬਾਣੀ ਪੜਦਾ ਉਹਨੂੰ ਸਮਝਦਾ ਸਵੇਰੇ ਦਿਨ ਦੀ ਸ਼ੁਰੂਆਤ ਆਪਣੇ ਗੁਰੂ ਤੋਂ ਕਰਦਾ ਕਿਥੇ ਅਸੀਂ ਪਖੰਡੀਆਂ ਦੇ ਮਗਰ ਤੁਰ ਲੱਗ ਪਏ ਤੇ ਇਹਨਾਂ ਵਿੱਚੋਂ ਬਹੁਤੇ ਪਖੰਡੀ ਸਰਕਾਰਾਂ ਦੇ ਪਾਲੇ ਹੋਏ ਨੇ ਗੁੱਸਾ ਨਾ ਮਨਾਇਓ ਹਕੀਕਤ ਹੈ ਜਿਨ੍ਹਾਂ ਦੀ ਤਾਰਾਂ ਸਰਕਾਰਾਂ ਨਾਲ ਜੁੜਦੀਆਂ ਨੇ ਪਰ ਸਾਨੂੰ ਸਮਝ ਕਿੱਥੇ ਆਉਂਦੀ ਅਸੀਂ ਤੇ ਚੰਗੇ ਪਲੇ ਬੰਦੇ ਅੱਜ ਇਸੇ ਕਰਕੇ ਬਹੁਤੇ ਸਾਡੇ ਧਾਰਮਿਕ ਬੰਦਿਆਂ ਨੇ ਬੋਲਣਾ ਛੱਡਤਾ ਕਿਉਂਕਿ ਜਦੋਂ ਸੱਚ ਬੋਲਦੇ ਨੇ ਗਲ ਪੈਂਦੀ ਨੇ ਅਗਲੇ ਵਿਰੋਧ ਕਰਦੇ ਨੇ ਉਸ ਇਸ ਵਿਰੋਧ ਤੋਂ ਕਹਿੰਦੇ ਨੇ ਛੱਡੋ ਯਾਰ ਇਹਨਾਂ ਨੂੰ ਲੁੱਟੋ ਜਿੱਨਾਂ ਲੁੱਟੇ ਜਾਂਦਾ ਹੈ ਇਹਨਾਂ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਸੁਣਾਓ ਕਿਉਂਕਿ ਇਹ ਮਿੱਠੇ ਤੇ ਆਦੀ ਹੋ ਗਏ ਨੇ ਤੇ ਉਹ ਵੀ ਸਿਆਣੇ ਉਹ ਕਹਿੰਦੇ ਜਿਹੜੇ ਮਿੱਠੇ ਨਾਲ ਮਰਨ ਉਹਨਾਂ ਨੂੰ ਜ਼ਹਿਰ ਦੇਣ ਦੀ ਲੋੜ ਨਹੀਂ ਤੇ ਅਸੀਂ ਆਜ਼ਾਦੀ ਹੋ ਗਏ ਆ ਜੇ ਸੱਚੀਆ ਆਪਣੇ ਪ੍ਰਵਾਪ ਸੱਚੀਆ ਆਪਣੀ ਕੌਮ ਨੂੰ ਬਚਾਉਣਾ ਚਾਹੁੰਦੇ ਹੋ ਤੇ ਤਹਈਆ ਕਰ ਲੋ ਆਪ ਗੁਰਬਾਣੀ ਪੜ੍ਹ ਲਓ ਇੱਕ ਵਾਰ ਗੁਰੂ ਦੇ ਸਿਧਾਂਤ ਨਾਲ ਜੁੜੋ ਗੁਰੂ ਦੇ ਸ਼ਬਦ ਨੂੰ ਸਮਝੋ ਕਿ ਬਾਣੀ ਕਹਿੰਦੀ ਕੀ ਹੈ ਸਾਨੂੰ ਆਪ ਸਹਿਜ ਪਾਠ ਕਰੋ ਆਪ ਗੁਰੂ ਦੇ ਸ਼ਬਦ ਨਾਲ ਜੁੜੋ ਆਇ ਕੋਤਰੀਆਂ ਆ ਸੰਪਟ ਆ ਪੰਜ ਪੰਜ ਸੱਤ ਸੱਤ ਆ ਮਹਾਰਾਜ ਦਾ ਪ੍ਰਕਾਸ਼ ਹੈ ਆ ਪਾ ਸਾਰੇ ਗੁਰੂ ਦੀ ਹਜ਼ੂਰੀ ਚ ਬੈਠੇ ਆ ਇੱਕ ਕਮਰੇ ਵਿੱਚ ਦੋ ਟੀਵੀ ਨਹੀਂ ਇਕੱਠੇ ਲੱਗ ਸਕਦੇ ਇੱਕ ਕਲਾਸ ਰੂਮ ਦੇ ਵਿੱਚ ਦੋ ਟੀਚਰ ਇਕੱਠੇ ਨਹੀਂ ਪੜਾ ਸਕਦੇ ਜੇ ਸਕੂਲ ਵਿੱਚ 500 ਸਟੂਡੈਂਟ ਨੇ ਤੇ ਭਾਵੇਂ 100 ਸਟੀਚਰ ਹੈ ਇੱਕ ਕਲਾਸ 'ਚ ਇੱਕ ਹੀ ਟੀਚਰ ਪੜ੍ਹਾਏਗਾ ਦੂਜਾ ਟੀਚਰ ਨਹੀਂ ਪੜ੍ਹਾ ਸਕਦਾ ਇੱਕ ਕਲਾਸ 'ਚ ਇੱਕ ਹੀ ਟੀਚਰ ਪੜ੍ਹਾ ਸਕਦਾ ਮਹਾਰਾਜ ਦੇ 10 10 15 15 ਸਰੂਪ ਰੱਖ ਕੇ ਲੜੀਆਂ 71ਆਂ ਦੱਸੋ ਜੀ ਇਹ ਕਿਹੜੀ ਗੁਰਮਤ ਹੈ ਗੁਰੂ ਦਾਸਾ ਪੁੱਛਣ ਵਾਲਾ ਹੈ ਹੀ ਕੋਈ ਨਹੀਂ ਹੋਵੇ ਇੱਕ ਸਰੂਪ ਤੋਂ ਪਾਠ ਹੋਵੇ ਬਾਕੀ ਸੰਗਤ ਸੁਣੇ ਤੇ ਮਜ਼ਾ ਆਏਗਾ ਸਾਰੀ ਸੰਗਤ ਸੁਣੇ ਆ ਦੂਰ ਕੀ ਜਣਾ ਆਪਾਂ ਹੁਣ ਬੈਠੇ ਆ ਇੱਕ ਜਣਾ ਬੋਲ ਰਿਹਾ ਤੁਸੀਂ ਸੁਣ ਰਹਿ ਜੀ ਇੱਥੇ ਦੋ ਬੰਦੇ ਇਕੱਠੇ ਨਹੀਂ ਬੋਲ ਸਕਦੇ ਅਦਾਲਤ ਵਿੱਚ ਇੱਕ ਵਕੀਲ ਆਪਣਾ ਪੱਖ ਪੇਸ਼ ਕਰਦਾ ਹੈ ਮੁੜ ਕੇ ਦੂਜਾ ਵਕੀਲ ਆਗਿਆ ਲੈਂਦਾ ਜੱਜ ਸਾਹਿਬ ਹੁਣ ਮੈਂ ਜੇਕਰ ਦੇ ਵਿੱਚ ਦੂਜਾ ਵਕੀਲ ਬੋਲ ਪਵੇ ਤੇ ਜੱਜ ਨੂੰ ਰੋਕਣਾ ਪੈਂਦਾ ਵੀ ਨਾ ਪਾਈ ਇੱਕ ਦੀ ਵਾਰੀ ਉਹ ਆਪਣਾ ਪੱਖ ਪੇਸ਼ ਕਰੂਗਾ ਜਾਨੀ ਕਿ ਆਪਾਂ ਪੜੇ ਲਿਖੇ ਸਮਾਜ ਵਿੱਚ ਰਹੇ ਕਿ ਵੀ ਇਹ ਗੱਲ ਸਮਝ ਨਹੀਂ ਆ ਰਹੀ ਕਿ ਕਿਤੇ ਵੀ ਦੋ ਇਨਸਾਨ ਇਕੱਠੇ ਨਹੀਂ ਬੋਲ ਸਕਦੇ ਤੇ 10 15 ਸਰੂਪਾਂ ਤੋਂ ਇਕੱਠਿਆਂ ਤੋਂ ਪੜ ਕਿਦਾਂ ਹੋ ਜਾਏਗਾ ਜੀ ਬੋਲ ਸੋਚ ਕੇ ਵੇਖੋ ਤੁਸੀਂ ਜੇਸੀ ਆਪ ਗੁਰਬਾਣੀ ਪੜਾਂਗੇ ਸਾਨੂੰ ਸਮਝ ਆਏਗੀ ਆਪ ਗੁਰਬਾਣੀ ਪੜੋ ਆਪ ਸਹਿਜ ਪਾਠ ਕਰੋ ਗੁਰੂ ਦੇ ਸਿਧਾਂਤ ਨਾਲ ਆਪ ਜੁੜੋ ਸਿੱਖ ਰਹਿਤ ਮਰਿਆਦਾ ਪੜੋ ਚ ਲਿਖਿਆ ਹੈ ਸੰਗਤ ਵਿੱਚ ਇੱਕ ਵਕਤ ਇੱਕ ਗੱਲ ਹੋ ਸਕਦੀ ਜੇ ਪਾਠ ਹੋ ਰਿਹਾ ਤੇ ਪਾਠ ਜੇ ਕੀਰਤਨ ਹੋ ਰਿਹਾ ਤੇ ਕੀਰਤਨ ਜੇ ਕਥਾ ਹੋ ਰਹੀ ਹੈ ਤੇ ਕਥਾ ਇੱਕ ਵਕਤ ਦੋ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ ਨਾ ਸੰਗਤ ਵਿੱਚ ਜੇ ਪਾਠ ਹੋ ਰਿਹਾ ਤੇ ਪਾਠ ਸਾਰੀ ਸੰਗਤ ਪਾਠ ਸੁਣੇ ਜੇ ਕੀਰਤਨ ਹੋ ਰਿਹਾ ਤੇ ਸਾਰੀ ਸੰਗਤ ਕੀਰਤਨ ਸੁਣੇ ਆ ਕਈ ਵਾਰੀ ਸਾਡੇ ਕੀ ਕਰਨਗੇ ਮੈਂ ਬੰਗਲਾ ਸਾਹਿਬ ਵੇਖਦਾ ਹੁੰਦਾ ਸੀ ਕੀਰਤਨ ਹੋਣਾ ਅੰਦਰ ਤੇ ਕਈਆਂ ਨੇ ਗੁਟਕਾ ਲੈ ਕੇ ਕਿਨੂ ਕਰੇ ਪਾਠ ਕਰਦੇ ਹੋਣਾ ਨਾ ਇਹ ਗੁਰਮਤ ਨਹੀਂ ਹੈ ਤੁਹਾਡੇ ਵਿੱਚੋਂ ਟੀਚਰ ਲੈਣ ਦੇ ਵੀਰ ਹੋੜ ਗਏ ਪਤਾ ਹੋਏਗਾ ਜਿਹਨੂੰ ਕਲਾਸ ਵਿੱਚ ਟੀਚਰ ਪੜਾਉਂਦਾ ਜੇ ਸਟੂਡੈਂਟ ਹੋਰ ਕਿਸੇ ਸਬਜੈਕਟ ਦੀ ਕਿਤਾਬ ਲੈ ਕੇ ਬੈਠਾ ਹੋਵੇ ਤੇ ਟੀਚਰ ਪੁੱਛੇਗਾ ਬੇਟਾ ਤੇਰਾ ਧਿਆਨ ਨਹੀਂ ਹੈਗਾ ਕੀ ਕਰਦਾ ਉਹ ਕਹੇ ਜੀ ਮੈਂ ਹੋਮਵਰਕ ਕਰ ਰਿਹਾ ਜਦੋਂ ਸੰਗਤ ਵਿੱਚ ਪਾਠ ਹੋ ਰਿਹਾ ਤੇ ਸੰਗਤ ਉਦੋਂ ਆਣ ਕੇ ਪੋਥੀਆਂ ਲੈ ਕੇ ਗੁਟਕੇ ਲੈ ਕੇ ਨਾਲ ਪਾਠ ਕਰੇ ਪਰ ਜੇ ਉਹ ਸਮਾਂ ਲੰਘ ਚੁੱਕਾ ਆਉਂਦਿਆਂ ਨੂੰ ਕੀਰਤਨ ਸ਼ੁਰੂ ਹੋ ਗਿਆ ਸਾਡਾ ਸਾਰਿਆਂ ਦਾ ਫਰਜ਼ ਬੰਦਾ ਅਸੀਂ ਉਸ ਵਕਤ ਕੀਰਤਨ ਸੁਣੀਏ ਜੇ ਉਹ ਸਮਾਂ ਲੰਘ ਗਿਆ ਤੇ ਪਾਠ ਆਪਣਾ ਘਰ ਜਾ ਕੇ ਕਰ ਲਈਏ ਜਾਂ ਜਦੋਂ ਦਵਾਨ ਦੀ ਸਮਾਪਤੀ ਹੋਏਗੀ ਵੱਖਰਾ ਪਾਠ ਕਰ ਲਈਏ ਪਰ ਅੱਜ ਪ੍ਰੋਬਲਮ ਹੈ ਜੇ ਕੋ ਬੋਲੇਗਾ ਤੇ ਅਸੀਂ ਬਹੁਤਿਆਂ ਨੇ ਉੱਚੀ ਬੋਲੋ ਹੁਣ ਕੀ ਕਰ ਲੈਣਾ ਅਜੀ ਭਲਾ ਗੁੱਸਾ ਕਰ ਲੈਣਾ ਤੇ ਮੈਂ ਉੱਥੇ ਬੰਦਾਲਾ ਸਾਹਿਬ ਕੇ ਇਹਨੂੰ ਕਹਿਣਾ ਨਗੜਾ ਮੇਰੇ ਵੀਰ ਇਦਾਂ ਨਾ ਕਰ ਜਾਂ ਤੁਸੀਂ ਪਾਠ ਵੇਲੇ ਆਉਂਦੇ ਜਦੋਂ ਨਿਤਨੇਮ ਹੋ ਰਿਆ ਸੀ ਉਦੋਂ ਕਰਦੇ ਹੁਣ ਨਿਤਨੇਮ ਦਾ ਸਮਾਂ ਲੰਘ ਚੁੱਕਾ ਹੁਣ ਹੁਣ ਕਲਾਸ ਚੇਂਜ ਹੋ ਗਈ ਹੈ ਨਾ ਹੁਣ ਪਾਠ ਤੋਂ ਬਾਅਦ ਕੀਰਤਨ ਸ਼ੁਰੂ ਹੋ ਗਿਆ ਹੁਣ ਸਾਡਾ ਫਰਜ਼ ਬੰਦਾ ਐ ਚੌਂਕੜੇ ਮਾਰ ਕੇ ਧਿਆਨ ਨਾਲ ਕੀਰਤਨ ਸੁਣੀਏ ਭਾਈ ਸਾਹਿਬ ਸਾਨੂੰ ਕੀਰਤਨ ਸੁਣਾ ਰਹੇ ਨੇ ਅਸੀਂ ਕੀਰਤਨ ਸੁਣਨਾ ਜਦੋਂ ਕੀਰਤਨ ਦਾ ਸਮਾਂ ਲੰਘ ਗਿਆ ਉਦੋਂ ਕਥਾ ਸੁਣੋ ਜਾਨੀ ਕਿ ਬ੍ਰੇਨ ਇੱਕ ਵਾ ਇੱਕ ਇੱਕ ਸਾਡਾ ਦਿਮਾਗ ਦੋ ਬੰਨੇ ਵੰਡਿਆ ਜਾ ਸਕਦਾ ਅਸੀਂ ਨਾ ਸਾਨੂੰ ਪਾਠ ਸਮਝਾਉਣੀ ਹੈ ਨਾ ਸਾਨੂੰ ਕੀਰਤਨ ਕਥਾ ਸਮਝੋਣ ਇਸੇ ਕਾ ਕੇ ਅਸੀਂ ਹਨੇਰਾ ਢੋ ਰਹੇ ਹਾਂ ਜਦਨ ਅਸੀਂ ਗੁਰਮਤ ਵਿੱਚ ਅਸੀਂ ਇਹਨਾਂ ਗੱਲਾਂ ਨੂੰ ਸਮਝ ਲਿਆ ਕਿ ਅਸੀਂ ਕਿਦਾਂ ਗੁਰਮਤ ਦੀ ਪੜੇ ਲਿਖੇ ਬੱਚੇ ਆ ਉਹਨਾਂ ਨੂੰ ਇਹਨਾਂ ਗੱਲਾਂ ਦੀ ਅੱਜ ਸਮਝ ਲੱਗ ਚੁੱਕੀ ਹੈ ਕਿ ਇੱਕ ਵਕਤ ਇੱਕ ਕਾਮੀ ਹੋ ਸਕਦਾ ਤੇ ਮਰਿਆਦਾ ਬਣਾਉਣ ਵਕਤ ਇਹਨਾਂ ਗੱਲਾਂ ਤੇ ਪੂਰਾ ਧਿਆਨ ਦਿੱਤਾ ਗਿਆ ਅਸੀਂ ਕਈ ਵਾਰੀ ਸੋਚਦੇ ਹਾਂ ਚਲੋ ਟਾਈਮ ਹੈਗਾ ਉਸੇ ਲਗਾ ਦਈਏ ਨਾ ਭਾਈ ਇਹ ਗੁਰਮਤ ਨਹੀਂ ਜਦੋਂ ਅਸੀਂ ਪਖੰਡ ਵਾਲ ਤੋਂ ਬਾਹਰ ਨਿਕਲਾਂਗੇ ਇੱਥੇ ਹੁਣ ਹਜ਼ੂਰ ਕਿੱਡੇ ਪਿਆਰ ਨਾਲ ਸਮਝਾਉਂਦੇ ਨੇ ਐਸੀ ਕਿਰਪਾ ਮੋਹੇ ਕਰੋ ਸੰਤਾ ਚਰਨ ਸੰਤ ਗੁਰੂ ਦੇ ਚਰਨ ਜਾਨੀ ਕਿ ਸ਼ਬਦ ਤੇ ਹਮਾਰੋ ਮਾਥਾ ਮੱਥਾ ਸ਼ਬਦ ਪਤਾ ਕਿਉਂ ਵਰਤਿਆ ਸਿੱਖਿਆ ਇੱਥੇ ਟਿਕਣੀ ਹੈ ਗगन ਦੇ ਵਿੱਚ ਗगन ਦਾ ਮਾਮਾ ਬਾਜੀਓ ਇੱਥੇ ਇੱਥੇ ਸਿੱਖਿਆ ਟਿਕਣੀ ਹੈ ਇਸ ਘਰ ਦੇ ਵਿੱਚ ਆਉਣੀ ਹੈ ਜਿਸ ਬੰਦੇ ਦਾ ਆਹ ਕੰਮ ਕਰਦਾ ਹੈ ਨਾ ਬ੍ਰੇਨ ਹੱਥ ਨਹੀਂ ਵੀ ਕੰਮ ਕਰਦਾ ਬਾਹਾਂ ਨਹੀਂ ਵੀ ਕੰਮ ਕਰਦੀ ਤੋ ਇੰਟੈਲੀਜੈਂਟ ਹੁੰਦਾ ਤੇ ਬੰਦਾ ਆਹ ਨਾ ਨਾ ਕੰਮ ਕਰਦਾ ਹੋਵੇ ਜਿਹਨੂੰ ਅਸੀਂ ਪਾਗਲ ਕਹਿੰਨੇ ਆ ਉਹ ਤੇ ਹੱਥ ਪੈਰ ਕੇ ਵੀ ਦੂਜਿਆਂ ਨਾਲੋਂ ਜ਼ਿਆਦਾ ਵਧੀਆ ਕੰਮ ਕਰਦੇ ਨੇ ਪਰ ਜਿਹਦਾ ਆਹ ਨਾ ਕੰਮ ਕਰਦਾ ਹੋਵੇ ਇਹਨੂੰ ਬਾਣੀ ਚ ਬੌਰਾ ਆਖਿਆ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬੌਰਾ ਨੰ ਜੇ ਇਥੇ ਸ਼ਬਦ ਟਿਕਿਆ ਤੇ ਸਮਝ ਲਓ ਅਸੀਂ ਸਹੀ ਆ ਜੇ ਸ਼ਬਦ ਨਾ ਟਿਕਿਆ ਤੇ ਮੈਂ ਬੌਰਾ ਵਾਂ ਤੇ ਬੌਰੇ ਨੂੰ ਪਤਾ ਨਹੀਂ ਲੱਗਦਾ ਖਾਣਾ ਕੀ ਐ ਪੀਣਾ ਕੀ ਐ ਕਿਧਰ ਨੂੰ ਜਾਣਾ ਪਤਾ ਨਹੀਂ ਲੱਗਦਾ ਵਿਚਾਰੇ ਨੂੰ ਤੋ ਇਥੇ ਪਾਸ਼ਾ ਜੀ ਕਹਿੰਦੇ ਨੇ ਸੰਤਾਂ ਚਰਨ ਸਤਿ ਗੁਰੂ ਦੇ ਚਰਨ ਤੇ ਹਮਾਰੋ ਮਾਥਾ ਮੇਰਾ ਮੱਥਾ ਯਾਨੀ ਕਿ ਗੁਰੂ ਦੇ ਚਰਨ ਸ਼ਬਦ ਮੇਰੇ ਮੱਥੇ ਚ ਮੇਰੇ ਹਿਰਦੇ ਚ ਵਸ ਜਾਣ ਤੁਸੀਂ ਵੇਖਿਆ ਨਾ ਸਿੱਖ ਰਹਿਤ ਮਰਿਆਦਾ ਵਿੱਚ ਇਹ ਵੀ ਲਿਖਿਆ ਕਿ ਜਦੋਂ ਅਸੀਂ ਗੁਰਦੁਆਰਾ ਸਾਹਿਬ ਆਉਣਾ ਕਈਆਂ ਥਾਵਾਂ ਤੇ ਨਾ ਜਦੋਂ ਅਸੀਂ ਦਾ ਪ੍ਰਕਰਮਾ ਕਰਦੇ ਮਹਾਰਾਜ ਦੀਆਂ ਇੱਥੇ ਤੇ ਬਹੁਤ ਦੂਰ ਹੈ ਮਹਾਰਾਜ ਦਾ ਪੀੜਾ ਜਿੱਥੇ ਪ੍ਰਕਾਸ਼ ਕੀਤਾ ਉਹ ਕਈਆਂ ਥਾਵਾਂ ਤੇ ਪੀੜਾ ਬਿਲਕੁਲ ਪਿੰਡਾਂ ਵਿੱਚ ਗੁਰਦੁਆਰੇ ਨਾਲ ਹੁੰਦਾ ਜਦੋਂ ਆਪਾਂ ਤੁਰਦੇ ਉਹ ਕਈ ਜਾਣ ਕੇ ਪੀੜੇ ਨੂੰ ਇਦਾਂ ਤੁਸੀਂ ਵੇਖਿਆ ਹੋਣਾ ਮੁਠੀਆਂ ਭਰਦੇ ਉਹ ਭਾਈ ਸਾਹਿਬ ਕਈ ਵਾਰੀ ਰੋਕਦੇ ਵੀ ਆ ਸਾਧ ਸੰਗਤ ਜੀ ਇਹ ਨਾ ਕਰੋ ਪਰ ਸਾਡੇ ਜਿਹਨ ਚ ਪਤਾ ਕੀ ਬਿਠਾ ਹੁੰਦਾ ਵੀ ਮਹਾਰਾਜ ਥੱਕ ਗਿਆ ਅਸੀਂ 10 ਮਿੰਟ ਮੁੱਠੀ ਚਾਪੀ ਕਰਦੀਏ ਤੇ ਮਰਿਆਦਾ ਚ ਲਿਖਿਆ ਵਾ ਕਿ ਮਹਾਰਾਜ ਦੇ ਪੀੜੇ ਦੀਆਂ ਮੁਠੀਆਂ ਭਰਨੀਆਂ ਮਨਮਤ ਹੈ ਇਹ ਮਰਿਆਦਾ ਚ ਲਿਖਿਆ ਜੇ ਸੱਚੀ ਤੁਹਾਡਾ ਜੀ ਕਰਦਾ ਨਾਲ ਲਤਾਂ ਦਬਾਉਣ ਨੂੰ ਤੇ ਜੇ ਭਾਈ ਸਾਹਿਬ ਉਥੇ ਤਾਬਿਆਂ ਬਿਠਾ ਕਹੀ ਦੇਵੇ ਵੀ ਜਾ ਕੇ ਦਾਦਾ ਜੀ ਦੀਆਂ 10 ਮਿੰਟ ਲਤਾਂ ਦਬਾ ਦੇ ਜੇ ਸਾਸ ਬਿਮਾਰ ਹੈ ਤੇ ਉਹਦੀਆਂ ਦਬਾ ਦੇ ਜੇ ਪਰਿਵਾਰ ਦਾ ਕੋਈ ਜੀ ਬਿਮਾਰ ਆ ਮੇਰੇ ਵੀਰ ਜਾ ਕੇ ਬਜ਼ੁਰਗਾਂ ਦੀ 10 ਮਿੰਟ ਲੱਤਾਂ ਦਬਾ ਦੇ ਜਿਨ੍ਹਾਂ 'ਚ ਰੱਬ ਵਸਦਾ ਅਸੀਂ ਲੱਕੜ ਦੇ ਜੋ ਸਪੀੜੇ ਤੇ ਮਾਰਿਆ ਦਾ ਪ੍ਰਕਾਸ਼ ਉਹਨੂੰ ਇਹਦਾ ਮੁਠੀਆਂ ਪਰ ਤੇ ਮਰਿਆਦਾ 'ਚ ਲਿਖਿਆ ਮੁਠੀਆਂ ਭਰਨੀਆਂ ਮਨਮਤ ਹੈ ਹੁਣ ਇਥੇ ਸ਼ੁੱਧ ਵਰਤਿਆ ਸੰਤਾਂ ਚਰਨ ਹਮਾਰੋ ਮਾਥਾ ਸੰਤ ਗੁਰੂ ਦੇ ਚਰਨ ਤੇ ਮੇਰਾ ਮੱਥਾ ਮੇਰੇ ਅੰਦਰ ਨੈਣ ਦਰਸ਼ ਮੇਰੇ ਅੱਖਾਂ ਵਿੱਚ ਦਰਸ਼ਨ ਦੀ ਭੁੱਖ ਹੋਵੇ मैं जिधर देखा इबे बै बीठल ऊ बै बीठल बीठल बेन संसार नहीं थान थनंतर नामा प्रण वै पूर रहे तू सर्व मही मैं जिधर वेखा महाराज मेरे अंदर मैं तो महसूस करा कि सब गोबिंद है सब गोबिंद है गोबिंद बिन नहीं कोई सूत एक मन सत सहंस जैसे ओत पोत प्रभ ਸੋਈ ਜਿਵੇਂ ਧਾਗਾ ਇੱਕੋ ਹੁੰਦਾ ਮਣਕੇ ਭਾਵੇਂ ਉਹ ਚ ਸੈਂਕੜੇ ਹਜ਼ਾਰਾ ਹੋਣ ਲੱਖਾਂ ਹੋਣ ਪਰਦਾਤਾ ਇੱਕੋ ਹੀ ਮਣਕਾ ਤੁਸੀਂ ਇੱਕ ਹੋ ਸਾਰਿਆਂ ਵਿੱਚ ਸਮਾਇਓ ਮੈਂ ਇਦਾਂ ਤੁਹਾਡੇ ਦਰਸ਼ਨ ਕਰਨ ਨੈਣ ਦਰਸ਼ ਤਨ ਧੂਰ ਪਰੋ ਤੇ ਤਨ ਧੂਰ ਪਰੋ ਦਾ ਅਰਥ ਪਤਾ ਕੀ ਹੈ ਜਿੱਧਰ ਦੀ ਜਿਆਦਾ ਲੋਕ ਲੰਘਦੇ ਸੀ ਨਾ ਪੱਕ ਡੰਡੀ ਬਣ ਜਾਂਦੀ ਸੀ ਤੇ ਧੂੜ ਬਣ ਜਾਂਦੀ ਸੀ ਮਿੱਟੀ ਤੁਸੀਂ ਵੇਖ ਕੱਚੀਆਂ ਰਸਤਿਆਂ ਤੇ ਜਿੱਧਰ ਦੀ ਜਿਆਦਾ ਲੋਕ ਲੰਘਦੇ ਸੀ ਤੇ ਉਹ ਮਿੱਟੀ ਬ੍ਰਿਕ ਹੋ ਜਾਣੀ ਕੱਚੀਆਂ ਰਸਤਿਆਂ ਚ ਇਥੇ ਧੂੜ ਦਾ ਅਰਥਾ ਗੁਰੂ ਦਾ ਰਸਤਾ ਕਿ ਜਨ ਕੇ ਚਰਨ ਵਸੈ ਮੇਰੇ ਹਿਰ ਰ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਵੋ ਕਿਰਪਾ ਨੇਧ ਨਾਨਕ ਐ ਸੁਖ ਇਹੀ ਜੇ ਚਰਨ ਗੁਰੂ ਦਾ ਸ਼ਬਦ ਹੈ ਤੇ ਫਿਰ ਧੂੜ ਕਿਹੜੀ ਹੋਏਗੀ ਫਿਰ ਜਦੋਂ ਐ ਇਨਾਂ ਪੈਰਾਂ ਦੀ ਗੱਲ ਹੀ ਨਹੀਂ ਹੈਗੀ ਗੱਲ ਤੇ ਉਥੇ ਸ਼ਬਦ ਦੀ ਹੈ ਤੇ ਸ਼ਬਦ ਦੀ ਧੂੜ ਕਿਹੜੀ ਹੋਏਗੀ ਕਿ ਮੈਂ ਤੁਹਾਡੇ ਸ਼ਬਦ ਨੂੰ ਸਮਝ ਕੇ ਉਹਦੇ ਅਨੁਸਾਰ ਤੁਰਾਂ ਉਸ ਰਸਤੇ ਦਾ ਪਾਂਦੀ ਬਣਾ ਇਹ ਮੇਰੇ ਵਾਸਤੇ ਤੁਹਾਡੇ ਚਰਨਾਂ ਦੀ ਧੂੜ ਹੋਵੇ ਦਾਤਾ ਜੀ ਮੈਂ ਤੁਹਾਡੇ ਰਸਤੇ ਦਾ ਪਾਂਧੀ ਬਣਾ ਮੈਂ ਤੁਹਾਡੇ ਰਸਤੇ ਦੇ ਉੱਤੇ ਤੁਰ ਸਕਾਂ ਇਹ ਮੇਰੇ ਵਾਸਤੇ ਤੁਹਾਡੀ ਚਰਨ ਤੂੜ ਹੋਵੇ ਹੁਣ ਰਸਤੇ ਤੇ ਤੁਰਨਾ ਥੋੜਾ ਜਿਹਾ ਉਖਾ ਲੱਗਦਾ ਤੇ ਜੋੜਿਆਂ ਦੀ ਮਿੱਟੀ ਚੋਕੇ ਮੱਥੇ ਨੂੰ ਲਾਉਣੀ ਥੋੜੀ ਜੀ ਉੱਚੀ ਬੋਲੋ ਜੀ ਉਹ ਕਈ ਵਾਰੀ ਨਾ ਅਸੀਂ ਜੋੜੇ ਹੁੰਦੇ ਨਾ ਪਾਏ ਕਈਆਂ ਨੂੰ ਜੋੜੇ ਚੋਕੇ ਮੱਥੇ ਨੂੰ ਲਾਉਣ ਦੀ ਆਦਤ ਹੁੰਦੀ ਆ ਝਾੜ ਕੇ ਮਿੱਟੀ ਨਾਲ ਲੈ ਜਾਣੀ ਤਾਂ ਕਈ ਵਾਰੀ ਜਿਹਦੇ ਨਾਲ ਲੜੇ ਹੁੰਨੇ ਜੇ ਤੇ ਕੇਸ ਕੀਤਾ ਹੁੰਦਾ ਉਹ ਜੋੜਾ ਵੀ ਉਹਦੇ ਹੁੰਦਾ ਜਿਨ੍ਹਾਂ ਨੇ ਮੁਕਦਮਾ ਕੀਤਾ ਹੁੰਦਾ ਨਾ ਵਕੀਲ ਦੀ 20 3000 ਫੀਸ ਭਰ ਕੇ ਜੁੱਤੀ ਵੀ ਉਹਦੀ ਹੁੰਦੀ ਉਹ ਵੀ ਪਿਛੇ ਖਲੋ ਕੇ ਹੱਸਦਾ ਹੁੰਦਾ ਵੀ ਵੇਲਾ ਉਦਾਂ ਡਾਂਗੋ ਡਾਂਗੀਆਂ ਤੇ ਜੁੱਤੀ ਮੇਰੀ ਚੋਕੇ ਮੱਥੇ ਉਨ ਲਾਉਣ ਡਿਆ ਜਿਹੜੀ ਅਕਲਵਾ ਉਹ ਜੁੱਤੀਆਂ ਨੂੰ ਮੱਥੇ ਟੇਕੇ ਨਹੀਂ ਆਉਣੀ ਜਿਹੜੀ ਅਕਲਵਾ ਗੁਰੂ ਦੇ ਸ਼ਬਦ ਨੂੰ ਕਮਾਉਣ ਨਾਲ ਆਉਣੀ ਹੈ ਇਹ ਗੱਲ ਸੱਚ ਹੈ ਜਿਹੜੀ ਗੁਰੂ ਦੇ ਸ਼ਬਦ ਨੂੰ ਸਮਝਣਾ ਵਾ ਪਰ ਅਸੀਂ ਇਸ ਬੰਨੇ ਤੁਰਦੇ ਨਹੀਂ ਘਰੋਂ ਤਿਆਰ ਹੋ ਕੇ ਆਉਣਗੇ ਤੇ ਜੁੱਤੀ ਚੋਕੇ ਮੱਥੇ ਉਨ ਲਾਈ ਜਾਣਗੇ ਜੁੱਤੀ ਦਾ ਕੰਮ ਪੈ ਤੁਸੀਂ ਮਹਿੰਗੀਆਂ ਘਰਾਂ 'ਚ ਰਹਿੰਦੇ ਜੇ ਜੋਤੀ ਨੂੰ ਬਾਹਰ ਲੋਕ ਰੱਖਦੇ ਜਿੰਨੀ ਮਰਜ਼ੀ ਬੰਦੇ ਨੇ ਕੀਮਤੀ ਹੋਵੇ ਉਹਨੂੰ ਬਾਹਰ ਰੱਖਿਆ ਜਾਂਦਾ ਨਾਲੇ ਸਾਡੇ ਗੁਰਦੇਵ ਨੇ ਸ਼ਬਦ ਨਾਲ ਜੋੜਿਆ ਸਾਨੂੰ ਗਿਆਨ ਦਿੱਤਾ ਸਾਨੂੰ ਉਪਦੇਸ਼ ਦਿੱਤਾ ਕਿ ਗੁਰਸਿੱਖੀ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਰਾਲੀ ਗੁਰੂ ਦੇ ਸ਼ਬਦ ਨੂੰ ਸਮਝਣਾ ਹੈ ਅੱਜ ਸਮੱਸਿਆ ਇਹ ਆ ਕਿ ਅਸੀਂ ਡਰਾਉਨੇ ਆ ਅਗਲਾ ਕਹਿੰਦਾ ਛੱਡੋ ਇਹਨਾਂ ਨੂੰ ਸਮਝਾਓ ਹੀ ਨਾ ਕਈ ਪੁੱਛਦੇ ਆ ਜੀ ਜੋੜਿਆਂ ਨੂੰ ਮੱਥਾ ਟੇਕਣਾ ਚਾਹੀਦਾ ਉਹ ਅਗਲਾ ਰੋਖ ਜਾ ਵਿਖਦਾ ਵੀ ਇਹ ਗੁੱਸੇ ਨਾਲ ਪੁੱਛਦਾ ਕਿ ਪਿਆਰ ਨਾਲ ਜੇ ਦੇ ਗੁੱਸੇ ਨਾਲ ਪੁੱਛੇ ਕਹਿੰਦਾ ਟੇਕ ਲੈਣਾ ਚਾਹੀਦਾ ਤੇ ਜੇ ਪਿਆਰ ਨਾਲ ਪੁੱਛੇ ਫਿਰ ਉਹ ਹੀ ਦਿਨ ਸਮਝਾਉਂਦਾ ਨਹੀਂ ਹੈਗੀ ਤੇ ਮਨਮਤੀ ਆ ਉਹਦਾ ਰੋਹ ਵੇਂਦਾ ਅਗਲੇ ਦਾ ਵੀ ਇਹ ਰੋਹ ਕਿਹੜੇ ਚ ਆ ਇੱਥੇ ਇੱਥੇ ਖਲੋਤਾ ਸਾਡਾ ਤੁਸੀਂ ਡਾਕਟਰ ਨੂੰ ਜਾ ਕੇ ਪੁੱਛਿਆ ਖਾਣੇ ਖਾਣੀ ਚਾਹੀਦੀ ਨਹੀਂ ਖਾਣੀ ਚਾਹੀਦੀ ਸ਼ੂਗਰ ਵਾਲੇ ਬੰਦੇ ਨੂੰ ਮਿੱਠਾ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਐਦਾਂ ਗੁੱਸੇ ਨਾਲ ਪੁੱਛਿਆ ਉਹ ਸੱਦਾ ਕਹਿੰਦਾ ਡਾਕਟਰ ਵੀ ਖਾਏਗਾ ਤੇ ਮੌਤ ਨੂੰ ਆਵਾਜ਼ ਮਰੇਗਾ ਮਿੱਠਾ ਤੇਰੀ ਯਾਰ ਹੈ ਉਹ ਆਪਣੇ ਕਿਤੇ ਨਾ ਇਮਾਨਦਾਰੀ ਕਰਦਾ ਕਹਿੰਦਾ ਤੇਰੇ ਲਈ ਹੁਣ ਤਲੀਆਂ ਚੀਜ਼ਾਂ ਮਿੱਠਾ ਬੰਦ ਹੈ ਅੱਜ ਸਮੱਸਿਆ ਇੱਥੇ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਪਦੇਸ਼ ਤੋਂ ਚਲੇ ਗਏ ਦੂਰ ਅਸੀਂ ਆਪ ਬਾਣੀ ਪੜੀ ਨਹੀਂ ਅਸੀਂ ਤਾਂ ਮਨਮਤ ਚੱਕੀ ਫਿਰਦੇ ਹਾਂ ਮਨਮਤ ਨੂੰ ਗੁਰਮਤ ਕਹੀ ਜਾਂਦੇ ਹਾਂ ਅਸੀਂ ਹੁਣ ਇੱਥੇ ਹਜ਼ੂਰ ਕਹਿੰਦੇ ਨੇ ਮੇਰੇ ਤੇ ਐਸੀ ਕਿਰਪਾ ਕਰੋ ਵੀ ਸੰਤਾਂ ਦਾ ਚਰਨ ਹੋਵੇ ਤੇ ਮੇਰਾ ਮੱਥਾ ਹੋਵੇ ਤੇ ਨੈਣ ਦਰਸ਼ ਤਨ ਧੂਰ ਪਰੋ ਤੇ ਮੰਗਿਆ ਵੇਖੋ ਕੀ ਗੁਰ ਕੋ ਸ਼ਬਦ ਮੇਰਾ ਹੀ ਅਰੇ ਹੁਣ ਗੱਲ ਅਗਲੀ ਤੋਖ ਵਿੱਚ ਕਲੀਅਰ ਕਰ ਦਤੀ ਆ ਵੀ ਸੰਤਾਂ ਦਾ ਚਰਨ ਕਿਹੜਾ ਗੁਰ ਕੋ ਸ਼ਬਦ ਮੇਰਾ ਹੀ ਅਰੇ ਬਸੈ ਉੱਤੇ ਆਖਿਆ ਗੁਰੂ ਦਾ ਉੱਤੇ ਆਖਿਆ ਸੰਤ ਦਾ ਚਰਨ ਹੋਵੇ ਤੇ ਮੇਰਾ ਮੱਥਾ ਹੋਵੇ ਤੇ ਥੱਲੇ ਕਹਤਾ ਗੁਰ ਕੋ ਸ਼ਬਦ ਮੇਰਾ ਹੀ ਅਰੇ ਬਸੈ ਯਾਨੀ ਕਿ ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਨੇ ਆਪਾਂ ਹੁਣ ਸਾਰੇ ਅੱਛਾ ਜੇ ਤੁਹਾਨੂੰ ਕੋਈ ਕਹਵੇ ਇੱਕ ਚੀਜ਼ ਹੋਰ ਨੋਟ ਕਰੋ ਜਦੋਂ ਬੰਦਾ ਚੜ੍ਹਾਈ ਕਰਦਾ ਨਾ ਆਪ ਆਮ ਨਹੀਂ ਕਹਿੰਦੇ ਮਹਾਰਾਜੇ ਨੂੰ ਆਪਣੇ ਚਰਨਾਂ 'ਚ ਹੁਣ ਗੱਲ ਇਹ ਵੀ ਸਮਝ ਲਾ ਗਈ ਕਿ ਚਰਨ ਤੇ ਸ਼ਬਦ ਦਾ ਨਿਵਾਸ ਤੇ ਜੀਂਦੇ ਕਰਨਾ ਵਾ ਬੋਲੋ ਜੀ ਗੁਰੂ ਦਾ ਸ਼ਬਦ ਚਰਨ ਦੇ ਵਿੱਚ ਜੀਂਦੇ ਨਿਵਾਸ ਕਰਨਾ ਮਹਾਰਾਜ ਮੈਨੂੰ ਆਪਣੇ ਚਰਨਾਂ 'ਚ ਥਾਂ ਦਿਓ ਕਿਉਂਕਿ ਚਰਨ ਤੁਹਾਡਾ ਸ਼ਬਦ ਵਾ ਤੇ ਮੈਂ ਤੁਹਾਡੇ ਸ਼ਬਦ ਰੂਪੀ ਚਰਨਾਂ 'ਚ ਜਗ੍ਹਾ ਮਿਲ ਜਾਏ ਮੈਂ ਆਪਣੇ ਇੱਥੇ ਟਿਕਾ ਲਵਾਂ ਸਾਰੀ ਜ਼ਿੰਦਗੀ ਬੰਦੇ ਨੇ ਬਾਣੀ ਨਹੀਂ ਪੜ੍ਹੀ ਤੇ ਮਗਰੋਂ ਨੂੰ ਪਤਾ ਕਹਿਣਗੇ ਇਹਨੂੰ ਆਪਣੇ ਚਰਨਾਂ ਵਿੱਚ ਉੱਚੀ ਬੋਲੋ ਜੀ ਖਾਂ ਦੇ ਦੋ ਚਲੋ ਅਸੀਂ ਵੀ ਕਹਿ ਦੇਣਾ ਪਰ ਮਿਲਣਾ ਦੇ ਭਾਈ ਆਪਣੇ ਕੰਮਾਂ ਤੇ ਹੀ ਆ ਜੇ ਪੱਲੇ ਕੁਝ ਹੋਊਗਾ ਤੇ ਮਿਲ ਜੂ ਨਹੀਂ ਤੇ ਕਈ ਤਾਂ ਭਾਈ ਬਹੁਤ ਮਨਮਤ ਕਰਦੇ ਕਈ ਤੇ ਜਿਹੜਾ ਅੰਗੀਠਾ ਸੰਭਾਲਿਆ ਹੁੰਦਾ ਉਹਨੂੰ ਵੀ ਬਾਣੀ ਸੁਣਾਉਂਦੇ ਕਈ ਪਖੰਡ ਬਹੁਤ ਕਰਦੇ ਤਰ੍ਹਾਂ ਤਰ੍ਹਾਂ ਦਾ ਸਾਡਾ ਸਭ ਕੁਝ ਜਲਦਾ ਹੈ ਬਾਣੀ ਆਪਣੇ ਆਪ ਲਈ ਪਾਣੀ ਜਿਉਂਦੇ ਜੀ ਬਾਣੀ ਪੜੋ ਸਮਝੋ ਤੇ ਵਿਚਾਰੋ ਗੁਰ ਕੋਸ਼ਬਦ ਨਾ ਨਰ ਸੁਣੋ ਮੇਰੇ ਹੀ ਆ ਰਹਿ ਬਾਸ ਹੈ ਗੁਰੂ ਦਾ ਸ਼ਬਦ ਮੇਰੇ ਹਿਰਦੇ ਚ ਵਸਦਾ ਹੈ ਹਰ ਨਾਮਾ ਮਨ ਸੰਗਤ ਧਰੋ ਤੇ ਹਰੀ ਦਾ ਨਾਮ ਜਿਹੜਾ ਨਾ ਸਦਾ ਮਨ ਵਿੱਚ ਟਿਕਾਈ ਰੱਖ ਪਾਈ ਸਦਾ ਸਦਾ ਹੀ ਟਿਕਿਆ ਰਵੇ ਤਸਕਰ ਪੰਜ ਨਿਵਾਰੋ ਠਾਕੁਰ ਆਹ ਕਿਰਪਾ ਮੰਗਿਆ ਕਰੋ ਕਿ ਮਹਾਰਾਜੇ ਪੰਜ ਤਸਕਰ ਆ ਨਾ ਮੈਨੂੰ ਤੰਗ ਕਰਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਮੇਰੇ ਹਿਰਦੇ ਚੋਂ ਦੂਰ ਕਰ ਦਿਓ ਮੈਂ ਤੁਹਾਡੇ ਕੋਲੋਂ ਕਿਰਪਾ ਮੰਗਦਾ ਤੇ ਸਾਡੀ ਕਿਰਪਾ ਪਤਾ ਕਿਹੜੀ ਹੁੰਦੀ ਆ ਗੱਡੀ ਲੈਣੀ ਆ ਉਹਦੇ ਪਿੱਛੇ ਲਿਖਾ ਦਿੰਨੇ ਆ ਇਹ ਪੇ ਦਾਤ ਤੇਰੀ ਕਿਉਂ ਜੀ ਕਾਰ ਦਾਤ ਐ ਤੋ ਕੋ ਪੜੋ ਹਪਲਾ ਸਾਰੀ ਕੀਤਿਆਂ ਦੁਖ ਭੁਖ ਸਦਮਾਰ ਇਹ ਪੇ ਦਾਤ ਤੇਰੀ ਇਥੇ ਤੇ ਮਾਰਾ ਦੁਖ ਤੇ ਭੁਖ ਨੂੰ ਦਾਤ ਕਹਿਣ ਡਿਆ ਜੇ ਕਿਤੇ ਤੈਨੂੰ ਰਾਤ ਹਸਪੀਟਲ ਰਹਿਣਾ ਪਵੇ ਤਦੋਂ ਕਹਾਂ ਦਾਤਾ ਵੀ ਤੇਰੀ ਦਾਤ ਐ ਅੱਜ ਇੱਕ ਰਾਤ ਆਪਣੇ ਪਰਿਵਾਰ ਦੇ ਜੀ ਲੀ ਨੂੰ ਹਸਪੀਟਲ ਰਹਿਣਾ ਪਿਆ ਤੇ ਮੇਰੀ ਇਹ ਹਾਲਤਾ ਪਤਾ ਨਹੀਂ ਕਿੰਨੇ ਲੋਕ ਹੋਣਗੇ ਜਿਨ੍ਹਾਂ ਦੀਆਂ ਜ਼ਿੰਦਗੀਆਂ ਲੰਘੀਆਂ ਪਤਾ ਨਹੀਂ ਕਿਨੇ-ਕਨੇ ਸਾਲ ਵਿਚਾਰੇ ਨੂੰ ਬਿਮਾਰੀ ਨੇ ਘੇਰ ਛੜਿਆ ਦਾਤਾ ਜੀ ਮਹਿਸੂਸ ਹੋਇਆ ਮੈਨੂੰ ਰੋਜ਼ ਥਾਲੀ 'ਚ ਰੱਖ ਕੇ ਰੋਟੀ ਖਾਣਾ ਹੈ ਨਾ ਤਰ੍ਹਾਂ-ਤਰ੍ਹਾਂ ਦੀਆਂ ਸਬਜ਼ੀਆਂ ਨੂੰ ਮਨਾ ਕਰਦਾ ਜਦੋਂ ਹਾਤੇ ਰੱਖ ਕੇ ਖਾਣ ਲਈ ਮਿਲੀ ਉਹਨੂੰ ਕਿ ਦਾਤਾ ਤੇਰਾ ਸ਼ੁਕਰਾਨਾ ਦਾਤਾ ਤੇ ਤੇਰੀ ਪੁੱਛ ਕੇ ਵੇਖੋ ਹੜਾ ਜਿਹੜੇ ਪੀੜਤ ਵਿਚਾਰੇ ਜਿਨ੍ਹਾਂ ਦਾ ਸਭ ਕੁਝ ਰੁੜ ਗਿਆ ਰੱਜੀਆਂ ਰੂਹਾਂ ਕਈ ਸਭ ਸਾਰਾ ਕੁਝ ਰੁੜ ਗਿਆ ਟਰੈਕਟਰ ਰੁੜ ਗਿਆ ਟਰਾਲੀਆਂ ਰੁੜ ਗਈਆਂ ਜਿਹੜੀ ਅੱਗੇ ਕਣ ਖਾਣੀ ਸੀ ਜਿਹੜੀ ਪਸ਼ੂਆਂ ਵਾਸਤੇ ਰੱਖਿਆ ਸੀ ਪਸ਼ੂ ਰੁੜ ਗਏ ਫਿਰ ਵੀ ਕੋਈ ਵੰਡਣ ਆਉਂਦਾ ਕਹਿੰਦੇ ਅੱਗੇ ਦੇਆ ਕੋਈ ਨਹੀਂ ਮੇਰ ਕੋ ਆਜਦਾ ਹੈਗਾ ਤੇ ਇਥੇ ਬੰਦਿਆਂ ਦੇ ਕੋਲ ਕਈ ਕਈ ਸਾਲਾਂ ਦਾ ਹੈਗਾ ਕਿ ਫਿਰ ਪੁੱਛੋ ਕੀ ਹਾਲ ਕਹਿੰਦਾ ਆਈ ਚਲਾਈ ਐ ਬਸ ਲਓ ਜੀ ਅਜੇ ਆਈ ਚਲਾਈ ਆ ਜਿਹੜੀ ਜਿਹੜੀ ਅਮੀਰੀ ਆ ਨਾ ਤੁਹਾਡੇ ਮਨ ਦੀ ਆ